ਵਾਹਿਗੁਰੂ ਜੀ ਗੁਰੂ ਨਾਨਕ ਭਗ ਪੰਕਜ ਬੰਦਨ ਭਗ ਪੰਕਜ ਬੰਦਨ ਸਿਮਰਉ ਅੰਗਦ ਦੋਖਨੇ ਕੰ ਅਮਰਦਾਸ ਹੀਰਦੇ ਨਿਤ ਧਿਆਵਾਂ ਹੀਰਦੇ ਨਿਤ ਧਿਆਵਾਂ ਸ੍ਰੀ ਗੁਰੂ ਰਾਮਦਾਸ ਗੁਣ ਗਾਵਾਂ ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਹਰ ਗੋਬਿੰਦ ਸੋਭ ਮਤ ਪਰਕਾਸਕ ਸ੍ਰੀ ਹਰਿ ਰਾਏ ਨਾਮੁ ਕਰ ਜੋਰੀ ਨਾਮੁ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਇ ਬਹੋਰੀ ਇਗ ਬਹਾਦਰ ਪਰਮ ਕੇਰ ਪਾਲਾ ਵਾਹਿ ਗੁਰ ਪਰਮ ਕੇਰ ਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਸਾ ਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਵਾਹਿ ਗੁਰ ਪੁਨ ਪੁਨ ਸੀਸਾ ਮੰਦੋਂ ਬਾੜ ਬਾਰੇ ਜਗਦੀ ਸਾ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨੁਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਘਰ ਅਨੁਰਾਗ ਸੇ ਗੁਰ ਸਬਦ ਕਮਾਏ ਜਨ ਜੀਤੇ ਪੰਜ ਵਿਕਾਰ ਤិន ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿ ਗੁਰੂ ਜੀ ਕੀ ਫਤਿਹ ਮਿਗਨ ਬਿਨਾ ਸੰਸੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਬਿਤ ਕੋ ਕਵ ਉਪਮਾ ਸੋ ਦੇਤ ਪਾਰ ਜਾਤ ਪਗ ਕੋ ਕਹੇ ਗੁਰੂ ਪਗ ਕਮਲ ਅਮਲ ਹੈ ਕੋ ਕਬ ਉਪਮਾ ਸੋ ਦੇਤ ਪਾਰ ਜਾਤ ਪਗ ਕੋ ਕਹੇ ਗੁਰੂ ਪਗ ਕਮਲ ਅਮਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗਰੀਬ ਨਵਾਜ ਪਤਤ ਪਾਵਨ ਭਗਤ ਬਚਲ ਕਿਰਪਾ ਦੇ ਖਜਾਨੇ ਤਨ ਤਨ ਸਹਿਬ ਸਤਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਾਤ ਸੰਗਤ ਜੀਓ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕੀਤੀ ਹੈ ਇਸ ਕਲਯੁਗ ਦੇ ਸਮੇਂ ਵਿੱਚ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਲਈ ਜੈਸੀ ਜੈਸੀ ਸਾਡੀ ਸਮਰੱਥਾ ਸ਼ਕਤੀ ਉਹਦੇ ਅਨੁਸਾਰ ਜੋ ਧਰਮ ਅਸੀਂ ਕਮਾ ਕੇ ਮੁਕਤ ਹੋ ਸਕੀਏ ਆਵਾ ਗਵਨ ਜਨਮ ਮਰਨ ਦੇ ਚੱਕਰ ਤੋਂ ਬਚ ਸਕੀਏ ਐਹੋ ਜਿਹੜਾ ਸੌਖਾ ਧਰਮ ਜਿਹੜਾ ਹੈ ਉਹ ਬਖਸ਼ਿਸ਼ ਕਰਨ ਲਈ ਸਤਿਗੁਰੂ ਪਾਤਸ਼ਾਹ ਜੀ ਨੇ ਅਵਤਾਰ ਧਾਰਨ ਕੀਤਾ ਕਵੀ ਸੰਤੋਖ ਸਿੰਘ ਜੀ ਨੇ ਆਪਣੇ ਜੀਵਨ ਦੀ ਕਹਾਣੀ ਨਾਲ ਕੇ ਦਸਾਂ ਗੁਰੂਆਂ ਦਾ ਇਤਿਹਾਸ ਜਿਸ ਜਿਸ ਵੀ ਥਾਂ ਤੋਂ ਉਹਨਾਂ ਨੂੰ ਮਿਲਿਆ ਪੈਨੇ ਇਕੱਤਰ ਕੀਤਾ ਉਸ ਨੂੰ ਪੜ੍ਹ ਕੇ ਤਰਦੀਬ ਬਣਾਈ ਫਿਰ ਉਸ ਨੂੰ ਕਵਿਤਾ ਦੇ ਵਿੱਚ ਰਚ ਕੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਤਿਆਰ ਕੀਤਾ ਇਹ ਗੁਰਪ੍ਰਤਾਪ ਸੂਰਜ ਗਨਸ ਦਾ ਪਹਿਲਾ ਹਿੱਸਾ ਜਿਹੜਾ ਹੈ ਸ੍ਰੀ ਗੁਰੂ ਨਾਨਕ ਪ੍ਰਕਾਸ਼ ਸਹਿਬ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਜੋ ਹੈ ਉਹਨਾਂ ਨੇ ਲਿਖਿਆ ਜਿਸ ਨੂੰ ਗੁਰੂ ਕਿਰਪਾ ਦੇ ਨਾਲ ਅਸੀਂ ਮੁੱਢ ਤੋਂ ਸ਼ੁਰੂ ਕੀਤਾ ਹੈ ਆਰੰਭ ਕੀਤਾ ਹੈ ਇਸ ਪ੍ਰਕਾਰ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਕਿ ਸਹਿਬ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਖੰਡੂਰ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਗੁਰਤਾ ਗੰਦੀ ਬਖਸ਼ ਕੇ ਖਨੂਰ ਸਾਹਿ ਭੇਜ ਦਿੱਤਾ ਦੂਜੇ ਪਾਤਸ਼ਾਹ ਨੂੰ ਤੇ ਆਪ ਸੱਚ ਕੰਡ ਗਵਨ ਕੀਤਾ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਮਕਸ਼ਿਸ਼ ਕੀਤੀ ਕੁਝ ਸਮਾਂ ਅਲੋਪ ਰਹੇ ਸਮਾਧੀ ਵਿੱਚ ਲੀਨ ਹੋ ਕਰਕੇ ਆਪ ਜੀ ਟਿਕੇ ਰਹੇ ਜਦੋਂ ਸੰਗਤਾਂ ਵਿੱਚ ਬਨ੍ਹਵਾਈਆਂ ਬਾਬਾ ਬੁੱਢਾ ਸਾਹਿਬ ਨੂੰ ਨਾਲ ਲੈ ਕਰਕੇ ਸੰਗਤ ਨੇ ਕਿਹਾ ਬਾਬਾ ਸਾਹਿਬ ਜੀ ਗੁਰੂ ਨਾਨਕ ਸਾਹਿਬ ਦਾ ਤੁਹਾਨੂੰ ਵਰ ਹੈ ਜਿਸ ਰੂਪ ਵਿੱਚ ਜਿੱਥੇ ਵੀ ਅਸੀਂ ਹੋਵਾਂਗੇ ਤੁਹਾਡੇ ਕੋਲੋਂ ਉਹਲਾ ਨਹੀਂ ਹੋਊਗਾ ਤੁਹਾਨੂੰ ਪਤਾ ਹੋਏਗਾ ਇਸ ਲਈ ਸੰਗਤ ਨੇ ਜਦੋਂ ਬੇਨਤੀ ਕੀਤੀ ਬਾਬਾ ਸਾਹਿਬ ਜੀ ਗੁਰੂ ਸਾਹਿਬ ਦੇ ਦਰਸ਼ਨ ਕਰਾਓ ਖੰਡੂਰ ਸਾਹਿਬ ਆਏ ਨੇ ਛੰਛਪਤਾ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਪ੍ਰਗਟ ਕੀਤਾ ਗੁਰੂ ਦੀ ਹਾਜ਼ੂਰੀ ਵਿੱਚ ਜੁੜ ਮਿਲ ਬੈਠੇ ਹਨ ਜਦੋਂ ਸਤਗੁਰੂ ਪਾਤਸ਼ਾਹ ਜੀ ਇੱਕ ਦਿਨ ਧਿਆਨ ਵਿੱਚ ਮਗਨ ਸਿਮਰਨ ਵਿੱਚ ਬੈਠੇ ਸਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਦਰਸ਼ਨ ਹੋਇਆ ਗੁਰੂ ਨਾਨਕ ਦੇ ਚਰਨਾਂ ਦਾ ਪ੍ਰੇਮ ਹਿਰਦੇ 'ਚ ਉਛਾਲਾ ਮਾਰਿਆ ਤੇ ਮਨ ਵਿੱਚ ਸੰਕਲਪ ਫੁਰਿਆ ਕਿ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਇਸ ਮਾਤ ਲੋਕ ਦੀ ਧਰਤੀ ਤੇ ਕਦੋਂ ਤੇ ਕਿਸ ਤਰੀਕੇ ਨਾਲ ਅਵਤਾਰ ਧਾਰਨ ਕੀਤਾ ਅਤੇ ਮਹਾਰਾਜ ਨੇ ਬਚਪਨ ਵਿੱਚ ਕੈਸੇ-ਕੈਸੇ ਕੌਤਕ ਕੀਤੇ ਇਹ ਸਾਨੂੰ ਪਤਾ ਲੱਗਣਾ ਚਾਹੀਦਾ ਇਉਂ ਫੁਰਨਾ ਕਰਨ ਤੋਂ ਭਾਈ ਬਾਲਾ ਜੀ ਰਾਏ ਭੋਇ ਦੀ ਤਲਵੰਡੀ ਵਿੱਚ ਕੁਝ ਸਤਸੰਗੀਆਂ ਵਿੱਚ ਬੈਠੇ ਸਨ ਤੇ ਉਹਨਾਂ ਨੂੰ ਫੁਰਨਾ ਹੋਇਆ ਕਿ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਗੁਰਤਾ ਗੱਦੀ ਤੇ ਕਿਹੜਾ ਸਰੂਪ ਸੋਭਣੀ ਕੋ ਹੋਇਆ ਇੱਕ ਪ੍ਰੇਮੀ ਨੇ ਦੱਸਿਆ ਭਾਈ ਮੈਂ ਸੁਣਿਆ ਕਿ ਤਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਗੁਰਤਾ ਪਦ ਤੇ ਬਿਰਾਜਮਾਨ ਹੋਏ ਨੇ ਗੁਰੂ ਨਾਨਕ ਸਾਹਿਬ ਦਾ ਦੂਜਾ ਰੂਪ ਹਨ ਖਡੂਰ ਸਾਹਿਬ ਦੇ ਵਿੱਚ ਸੰਗਤਾਂ ਨੂੰ ਨਿਹਾਲ ਕਰਦਾ ਹੈ ਇਹ ਸੁਣਦੇ ਅਸਾਰ ਭਾਈ ਬਾਲਾ ਜੀ ਦੇ ਮਨ ਵਿੱਚ ਚਾਹੋ ਆਇਆ ਛੱਟ ਤਿਆਰ ਹੋ ਕਰਕੇ ਦਰਸ਼ਨ ਕਰਨ ਨੂੰ ਚੱਲ ਪਏ ਨੇ ਸਤਗੁਰਾਂ ਦੇ ਚਰਨਾਂ ਵਿੱਚ ਪਹੁੰਚ ਕਰਕੇ ਨਮਸਕਾਰ ਕੀਤੀ ਹੈ ਸਤਗੁਰਾਂ ਨਾਲ ਬਚਨ ਬਿਲਾਸ ਕੀਤੇ ਹਨ ਸਤਗੁਰੂ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਭਾਈ ਬਾਲਾ ਜੀ ਨੂੰ ਬਚਨ ਕੀਤਾ ਕਿ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜੀ ਦਾ ਅਵਤਾਰ ਕਿਸ ਤਰ੍ਹਾਂ ਹੋਇਆ ਕਿਵੇਂ ਪਤਾ ਲੱਗੇ ਤਾਂ ਉਸ ਵੇਲੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋ ਜਨਮ ਦੀ ਪੱਤਰਕਾ ਸਮੇਂ ਦੀ ਲਿਖੀ ਹੋਈ ਸੀ ਉਸ ਨੂੰ ਜਾ ਕਰਕੇ ਤੋ ਭਾਈ ਬਾਲਾ ਜੀ ਹੁਣੀ ਪੰਨੂ ਨਾਲ ਨੂੰ ਨਾਲ ਲੈ ਕਰਕੇ ਜਾ ਕੇ ਲੰਬ ਕੇ ਲਿਆਏ ਨੇ ਚਾਚਾ ਲਾਲੂ ਜੀ ਦੇ ਕੋਲ ਅਤੇ ਆਣ ਕੇ ਸਨਛਾ ਪਿਤਾ ਸਤਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਕੀਤੀ ਹੈ ਪਤਰੀ ਖੋਲ ਕੇ ਜਦੋਂ ਦੇਖਿਆ ਸੰਸਕ੍ਰਿਤ ਦੇ ਅੱਖਰ ਸਨ ਤਾਂ ਗੁਰੂ ਪਾਤਸ਼ਾਹ ਜੀ ਨੇ ਬਚਨ ਕੀਤਾ ਭਾਈ ਇਹ ਗੁਰਮੁਖੀ ਅੱਖਰਾਂ ਵਿੱਚ ਚਾਹੀਦਾ ਹੈ ਉਸ ਮਿਲਨੇ ਸੋ ਮਹਿਮਾ ਖੈਰਾਸੀ ਕੋਲ ਬੈਠਾ ਕਹਿਣ ਲੱਗਾ ਪਾਤਸ਼ਾਹ ਜੀ ਸੋ ਸੁਲਤਾਨਪੁਰ ਸਾਹਿਬ ਵਿੱਚ ਐਸਾ ਇੱਕ ਸਿੱਖ ਹੈ ਸਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਗੁਰਮੁਖੀ ਅੱਖਰ ਸਿੱਖੇ ਸਨ ਸੰਸਕ੍ਰਿਤ ਦੇ ਅੱਖਰ ਵੀ ਜਾਣਦਾ ਹੈ ਦੋਨੋਂ ਅੱਖਰ ਜਾਣਦਾ ਉਸ ਨੂੰ ਭੇਜਿਆ ਕਿ ਤੂੰ ਬੁਲਾ ਕੇ ਲਿਆ ਭਾਈ ਪੈੜਾ ਮੁਖਾ ਸਿੱਖ ਬੁਲਾਇਆ ਗਿਆ ਉਸ ਨੇ ਪੱਤਰ ਕਾ ਬਾਚ ਕੇ ਇਸ ਪ੍ਰਕਾਰ ਗੁਰਮੁਖੀ ਅੱਖਰਾਂ ਦੇ ਵਿੱਚ ਉਸ ਨੂੰ ਲਿਖਿਆ ਸਤਿਗੁਰੂ ਪਾਤਸ਼ਾਹ ਜੀ ਨੇ ਇੱਥੋਂ ਜਿਹੜੀ ਹੈ ਗੁਰੂ ਨਾਨਕ ਸਾਹਿਬ ਦੀ ਕਥਾ ਸ਼ੁਰੂ ਕੀਤੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਅਤੇ ਭਾਈ ਬਾਲਾ ਜੀ ਨੂੰ ਪੁੱਛਿਆ ਹੈ ਭਾਈ ਬਾਲਾ ਜੀ ਹੁਣ ਕਥਨ ਕਰਦੇ ਨੇ ਅਤੇ ਸਤਿਗੁਰੂ ਪਾਤਸ਼ਾਹ ਜੀ ਸੁਣਦੇ ਨੇ ਪੜਾ ਮੁਖਾ ਸਿੱਖ ਲਿਖਾਰੀ ਬਣ ਕੇ ਲਿਖ ਰਿਹਾ ਹੈ ਬਾਬਾ ਬੁੰਡਾ ਸਾਹਿਬ ਜੀ ਭਾਈ ਜੀਵਾ ਜੀ ਗੁਰੂ ਦੇ ਲਾਂਗਰੀ ਸਾਹਿਬ ਅਮਰਦਾਸ ਮਹਾਰਾਜ ਸੇਵਾ ਵਿੱਚ ਸਨ ਐਸੇ ਮਹਾਨ ਤਤ ਮੇਤ ਗੁਰਸਿੱਖ ਪ੍ਰੇਮੀ ਜਿਹੜੇ ਸਨ ਉਹ ਕੋਲ ਬੈਠ ਕਰਕੇ ਭਾਈ ਪਾਰੋ ਜੁਲਕਾ ਪਰਮ ਹੰਸ ਉਹ ਵੀ ਗੁਰੂ ਦੇ ਚਰਨਾਂ ਵਿੱਚ ਬੈਠ ਕਰਕੇ ਕਥਾ ਦੇ ਸਰੋਤੇ ਬਣੇ ਨੇ ਹੋਰ ਸੰਗਤਾਂ ਨਿਤ ਨਿਯਮ ਦੇ ਨਾਲ ਗੁਰੂ ਮਹਾਰਾਜ ਦੀ ਕਥਾ ਨੂੰ ਸੁਣਦੀਆਂ ਨੇ ਗੁਰੂ ਅੰਗਦ ਦੇ ਸਾਬ ਜੀ ਲਿਖਾਉਂਦੇ ਨੇ ਭਾਈ ਬਾਲਾ ਜੀ ਲਿਖਾ ਰਹੇ ਨੇ ਬੋਲ ਕੇ ਅਤੇ ਪੈੜਾ ਮੁਖਾ ਸਿੱਖ ਲਿਖ ਰਿਹਾ ਹੈ ਖਡੂਰ ਸਾਹਿਬ ਦੀ ਪਵਨ ਪਵਿੱਤਰ ਧਰਤੀ ਤੇ ਇਉ ਗੁਰੂ ਦਾ ਇਤਿਹਾਸ ਪ੍ਰਾਰੰਭ ਹੋਇਆ ਹੈ ਆਓ ਪਿਆਰਪੂਰਵਕ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਕਿਸ ਤਰ੍ਹਾਂ ਅਵਤਾਰ ਕਿੱਥੇ ਹੋਇਆ ਉਹਦਾ ਜ਼ਿਕਰ ਕਵੀ ਜੀ ਆਰੰਭ ਕਰਦੇ ਨੇ ਸੁੰਦਰ ਢੰਗ ਦੇ ਨਾਲ ਉਹ ਪਿਆਰਪੂਰਵਕ ਸਰਵਣ ਕਰੀਏ ਗੁਰਚਾਨਾ ਵਿੱਚ ਮਨ ਜੋੜਦੇ ਹੋਏ মুখ ਨੂੰ ਪਵਿੱਤਰ ਕਰੀਏ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ ਕਬਿਤ ਕੋ ਕਬ ਉਪਮਸ ਦੇਤ ਪਾਰ ਜਾਤ ਪਗ ਕਵੀ ਜੀ ਕਹਿੰਦੇ ਨੇ ਭਈ ਕਈ ਕਈ ਕਵੀਆਂ ਨੇ ਸਾਹਿਬ ਗੁਰੂ ਨਾਨਕ ਮਹਾਰਾਜੀ ਦੇ ਪਵਿੱਤਰ ਚਰਨ ਕਮਲਾਂ ਨੂੰ ਇਸ ਪ੍ਰਕਾਰ ਪਾਰ ਜਾਤ ਕਲਪ ਬ੍ਰਿਸ਼ ਦੇ ਨਾਲ ਉਪਮਾ ਦੇਂਦੇ ਹਨ ਕਈ ਕਮੀ ਲੋਕ ਕੋਉ ਕਹੇ ਗੁਰੂ ਪਗ ਕਮਲ ਅਮਲ ਹੈ ਕੋਈ ਕਵੀ ਇੰਜ ਕਹਿੰਦੇ ਹਨ ਕਿ ਸਤਗੁਰੂ ਨਾਨਕ ਪਾਤਸ਼ਾਹ ਵੀ ਦਾ ਚਿੱਤਰ ਪਵਿੱਤਰ ਜੋ ਕਮਲ ਹਨ ਆਪਣੇ ਚਰਨ ਹਨ ਕਮਲਾਂ ਵਰਗੇ ਸੁੰਦਰ ਹਨ ਜੋ ਪਾਰ ਜਾਤ ਨ ਚਤਨ ਗਤ ਦਾਨ ਨਹੀਂ ਪਰ ਕਹਿੰਦੇ ਨੇ ਜਿਹੜੇ ਇਸ ਪਰ ਪਾਰ ਜਾਤ ਹੈ ਕਹਿੰਦੇ ਨੇ ਭਾਈ ਨਾ ਤਾਂ ਉਹ ਚੇਤਨ ਹੈ ਉਹ ਜੜ੍ਹ ਹੈ ਪਾਰ ਜਾਤ ਰੁੱਖ ਜਣ ਹੈ ਦਰਖਤ ਇੱਕ ਥਾਂ ਤੇ ਖੜਿਆ ਰਹਿੰਦਾ ਜੜ ਜੂਨੀ ਹੈ ਸੋ ਕਹਿੰਦੇ ਨੇ ਉਹ ਚੇਤਨ ਨਹੀਂ ਹੈ ਜਿਉ ਪਾਰ ਜਾਤ ਚੇਤਨ ਤੇ ਨਾ ਗਤਦਨ ਨਾ ਮੁਕਤੀ ਦੇ ਸਕਦਾ ਤੇ ਨਾ ਆਪ ਚੇਤਨ ਹੈ ਅਮਲ ਕਮਲ ਰੈਨ ਵਿਖੇ ਮੁਖ ਮਿਲ ਹੈ ਭਾਵੇਂ ਕਮਲ ਬਹੁਤ ਉੱਜਲ ਹੋਵੇ ਪਰ ਰਾਤ ਦੇ ਸਮੇਂ ਤੇ ਜਿਹੜਾ ਕਮਲ ਹੈ ਉਸ ਦਾ ਮੁਖ ਬੰਦ ਹੋ ਜਾਂਦਾ ਹੈ ਵੈ ਤੁ ਸਹਿਚੇਤ ਦੇਤ ਕਾਮਨਾ ਭਗਤ ਨਿਜ ਤਨ ਜਿਹੜੇ ਮੇਰੇ ਗੁਰੂ ਨਾਨਕ ਸਾਹਿਬ ਦੇ ਚਰਨ ਕਮਲ ਹਨ ਚਰਨ ਹਨ ਸੋ ਕਹਿੰਦੇ ਨੇ ਉਹ ਚੇਤਨਤਾ ਦੇ ਸਹਿਤ ਹਨ ਚੱਲਦੇ ਨੇ ਵਿਚਰਦੇ ਹਨ ਸੰਗਤਾਂ ਨੂੰ ਧਾਰਦੇ ਹਨ ਸੋ ਕਹਿੰਦੇ ਨੇ ਇੱਕ ਤਾਂ ਚੇਤਨਤਾ ਦੇ ਸਹਿਤ ਹਨ ਫਿਰ ਦੇਤ ਕਾਮਨਾ ਫਿਰ ਜੋ ਵੀ ਕਾਮਨਾ ਕੋਈ ਗੁਰਸਿੱਖ ਕਰਦੇ ਪ੍ਰੇਮੀ ਉਹਨਾਂ ਦੀਆਂ ਕਾਮਨਾ ਨੂੰ ਪੂਰੀਆਂ ਕਰਨ ਵਾਲੇ ਹਨ ਤੇ ਭੰਗਤ ਨਿਜ ਤੇ ਨਾਲ ਆਪਣੀ ਭਗਤੀ ਬਖਸ਼ਦੇ ਹਨ ਸਤਿਗੁਰਾਂ ਦੇ ਚਰਨ ਬਾਸਰ ਔਰ ਰਜਨੀ ਮੈਂ ਏਕ ਸਿਤ ਸਤੁਲ ਹੈ ਭਾਵੇਂ ਦਿਨ ਹੋਵੇ ਤੇ ਭਾਵੇਂ ਰਾਤ ਮਹਾਰਾਜ ਦੇ ਲਗਾਤਾਰ ਚਰਨ ਇੱਕੋ ਜਿਹੇ ਹੀ ਅਵਸਥਾ ਵਿੱਚ ਸਤੁਲ ਬਰਾਬਰ ਰਹਿੰਦੇ ਹਨ ਲਖੇ ਪਦ ਆਦਰ ਨ ਪਾਰ ਜਾਤ ਕਮਲ ਕੋ ਤੋਂ ਕਵੀ ਜੀ ਕਹਿੰਦੇ ਭਾਈ ਸੁਖ ਸਿੰਘ ਜੀ ਮੈਂ ਸਾਹਿਬ ਸਤਗੁਰੂ ਨਾਨਕ ਪਾਤਸ਼ਾਹ ਜੀ ਦੇ ਪੁੱਤਰ ਚਰਨ ਕਮਲਾਂ ਦਾ ਜੋ ਆਦਰ ਸਤਕਾਰ ਹੈ ਨਾ ਮੈਂ ਜਾਣਦਾ ਹਾਂ ਕਿ ਮੇਰੇ ਸਤਗੁਰਾਂ ਦੇ ਚਰਨ ਨਾ ਤਾਂ ਪਾਰ ਜਾਤ ਕਹੇ ਜਾ ਸਕਦੇ ਨੇ ਨਾ ਹੀ ਕਮਲ ਸ਼੍ਰੀਕੇ ਕਹੇ ਜਾ ਸਕਦੇ ਹਨ ਤਾਂ ਤੇ ਪੱਗ ਪੱਗ ਪਾਰ ਜਾਤ ਨ ਕਮਲ ਹੈ ਇਸ ਲਈ ਮੇਰੇ ਗੁਰੂ ਨਾਨਕ ਦੇ ਚਰਨ ਚਰਨ ਹਨ ਇਸ ਲਈ ਨਾ ਉਹਨਾਂ ਨੂੰ ਸੋ ਕਮਲ ਕਿਹਾ ਜਾ ਸਕਦਾ ਤੇ ਨਾ ਹੀ ਪਾਰजात ਕਿਹਾ ਜਾ ਸਕਦਾ ਹੈ ਚਉਪਈ ਕਰ ਤੂੰ ਵੀ ਕਟ ਕੀਨੁ ਕੁਪੀਨਾ ਤੋ ਹੁਣ ਕਵੀ ਜੀ ਭਾਈ ਬਾਲਾ ਜੀ ਜੋ ਮਹਾਰਾਜ ਦੀ ਕਥਾ ਉਚਾਰਨ ਕਰ ਰਹੇ ਨੇ ਉਹਨਾਂ ਦਾ ਸਰੂਪ ਬਿਆਨ ਕਰਦੇ ਹਨ ਕਹਿੰਦੇ ਕਰ ਤੂੰ ਵੀ ਸੋ ਹੱਥ ਵਿੱਚ ਤੂੰ ਵੀ ਹੈ ਔਰ ਸੋ ਕਟ ਕੀਨੁ ਕੁਪੀਨਾ ਤੇ ਕਹਿੰਦੇ ਨੇ ਕੁਪੀਨ ਜਣੀ ਹੈ ਉਹਨਾਂ ਦੇ ਇਸ ਪ੍ਰਕਾਰ ਸੋ ਇਸ ਪ੍ਰਕਾਰ ਤੇੜ ਬੰਨੀ ਹੋਈ ਹੈ ਤਨ ਉਪਰ ਕਮਰੀ ਸਿਤ ਲੀਨਾ ਤੇ ਆਪਣੇ ਸਰੀਰ ਤੇ ਸਿੱਤ ਚਿੱਟੇ ਰੰਗ ਦੀ ਕਮਲੀ ਲਈ ਹੋਈ ਹੈ ਉੱਚੀ ਕੁਲਹ ਸੀਸ ਪਰ ਧਾਰੀ ਉੱਚੀ ਕੁਲ ਹੈ ਦਸਤਾਰ ਜਣੀ ਹੈ ਸਿਰ ਤੇ ਧਾਰਨ ਕੀਤੀ ਭਾਈ ਬਾਲਾ ਜੀ ਨੇ ਸੰਸ ਸਵੇਤ ਦੀਰਘ ਇਕਸਾਰੀ ਤੇ ਇਹਨਾਂ ਦਾ ਦਾਣਾ ਬੜਾ ਚਿੱਟਾ ਹੈ ਇਕਸਾਰ ਲਗਾਤਾਰ ਸੁੰਦਰ ਹੈ ਜੀ ਉਰਮ ਕਾਰਕ ਗੁਰੂ ਨਾਨਕ ਧਿਆਨ ਆਪਣੇ ਹਿਰਦੇ ਦੇ ਵਿੱਚ ਸਹਿਬ ਗੁਰੂ ਨਾਨਕ ਪਾਤਸ਼ਾਹ ਦਾ ਧਿਆਨ ਧਾਰਨ ਕੀਤਾ ਬਾਲਾ ਜੀ ਨੇ ਬੰਦੇ ਪਦ ਅਰਬਿੰਦ ਵਿਧਾਨਾ ਵਿਦੀ ਪੂਰਵਕ ਸਹਿਬ ਗੁਰੂ ਨਾਨਕ ਦੇ ਚਰਨਾ ਤੇ ਨਮਸਕਾਰ ਕੀਤੀ ਹ ਜੀ ਬਾਲਾ ਵਰਨਨ ਕਰਨ ਲੱਗਾ ਬਰ ਮਨ ਸ੍ਰੇਸ਼ਟ ਸਤਗੁਰੂ ਨਾਨਕ ਸਾਹਿਬ ਜੀ ਦਾ ਜਸ ਕਥਾ ਨੂੰ ਭਾਈ ਬਾਲਾ ਜੀ ਵਰਣਨ ਕਰਨ ਲੱਗੇ ਹਨ ਸਸਮੁਖ ਤੇ ਇਤਿਹਾਸ ਸੁਦਾਸਰ ਤੋ ਕਹਿੰਦੇ ਨੇ ਸਸਮੁਖ ਭਾਈ ਬਾਲਾ ਜੀ ਦਾ ਮੁਖ ਤਾਂ ਚੰਦਰਮਾ ਸ੍ਰੀਖਾ ਹੈ ਤੇ ਜਿਹੜਾ ਗੁਰੂ ਦਾ ਇਤਿਹਾਸ ਹੈ ਜਸ ਹੈ ਗੁਰੂ ਦਾ ਇਹ ਅੰਮ੍ਰਿਤ ਵਾਗ ਹੈ ਕਲਯੁਗ ਪਾਏ ਅਕਾਲ ਪਰਜੋਰਾ ਤੋ ਕਹਿੰਦੇ ਨੇ ਸ੍ਰੀ ਬਾਲਾ ਸੰਦਰਵਾਚ ਭਾਈ ਬਾਲਾ ਜੀ ਸੰਧੂ ਗੋਤ ਵਾਲੇ ਅਵਾਚ ਕਥਨ ਕਰਦੇ ਹਨ ਸੋ ਕਲਯੁਗ ਦੇ ਵਿੱਚ ਪਾਇ ਅਕਾਲ ਪਰ ਜੋਰਾ ਬੜਾ ਭਾਰੀ ਕਾਲ ਕਹਿੰਦੇ ਨੇ ਇਸ ਪ੍ਰਕਾਰ ਆਪਣਾ ਕਲਯੁਗ ਨੇ ਜੋਰ ਪਾ ਲਿਆ ਜਦੋਂ ਪ੍ਰਗਟ ਭਏ ਅਗੋਗ ਪਰ ਘੋਰਾ ਬੜਾ ਪਰ ਘੋਰਾ ਭਿਆਨਕ ਹੀ ਸੋ ਕਹਿੰਦੇ ਅਗ ਤੇ ਉਹ ਸਮੂਹ ਅਗ ਪਾਪ ਜਿਹੜੇ ਸੀ ਸਾਰੇ ਪ੍ਰਗਟ ਹੋ ਗਏ ਜਦੋਂ ਆਦ ਦੁਕਾਲ ਹੋਤ ਉਤਪਤ ਇਹੋ ਜੇ ਉਪਦਰਭ ਹੋਣੇ ਸ਼ੁਰੂ ਕਾਲ ਪੈਣਾ ਸ਼ੁਰੂ ਹੋ ਗਿਆ بارش ਨਾ ਪੈਣੀ ਫਸਲਾਂ ਸੁੱਕ ਜਾਣੀਆਂ ਇਹੋ ਜਿਆ ਸਮਾਂ ਵਰਤ ਗਿਆ ਜਦੋਂ ਭਯੋ ਮਲੇਸ਼ ਰਾਜ ਬਖਿਆਤ ਬਖਿਆਤਾ ਪ੍ਰਗਟ ਹੀ ਮਲੇਸ਼ਾਂ ਦਾ ਮੁਗਲਾਂ ਦਾ ਰਾਜ ਜਿਹੜਾ ਸੀ ਉਹ ਪ੍ਰਗਟ ਹੋ ਗਿਆ ਚੌਪਈ ਪੰਥ ਮੁਹੰਮਦ ਬੜਤ ਅਪਾਰਾ ਮੁਹੰਮਦ ਭਾਵ ਕੇ ਮੁਹੰਮਦ ਦੀ ਉਮਤ ਦਾ ਇਸ ਪ੍ਰਕਾਰ ਇਸਲਾਮ ਮੁਸਲਮਾਨਾਂ ਦਾ ਸਵਰਾਜ ਪ੍ਰਗਟ ਜਿਹੜਾ ਇਹ ਵੱਧਦਾ ਜਾ ਰਿਹਾ ਸੀ ਕਲਮਲ ਮੈਂ ਮਤਹੀਨ ਵਿਚਾਰ ਇਹ ਸਾਰਾ ਹੀ ਮਤ ਮਤ ਤੋਂ ਭਵ ਅਕਲ ਤੋਂ ਹੀਨੇ ਵਿਚਾਰ ਕਰ ਲੋ ਇਸ ਪ੍ਰਕਾਰ ਕਲਮਲ ਮੈਂ ਸੋ ਸਾਰ ਇਹ ਪਾਪ ਰੂਪ ਹੀ ਸਨ ਇਹ ਜਿਹੜੇ ਰਾਜ ਕਰਨ ਵਾਲੇ ਸਨ ਗੋ ਗਰੀਬ ਕੋ ਹੱਤ ਹੈ ਕੁਸਾਲੀ ਤੋ ਕਹਿੰਦੇ ਗਾਊ ਤੇ ਗਰੀਬ ਨੂੰ ਸੋ ਇਸ ਪ੍ਰਕਾਰ ਹੱਤੇ ਮਾਰ ਹੀ ਦਿੰਦੇ ਨੇ ਕੁਸਾਲੀ ਖੋਟੇ ਢੰਗ ਦੇ ਨਾਲ ਕਿਉਂਕਿ ਗਾਊ ਨੂੰ ਜਿਵਾ ਕਰਕੇ ਖਾ ਲੈਂਦੇ ਨੇ ਤੇ ਗਰੀਬਾਂ ਨੂੰ ਮਲ ਦਿੰਦੇ ਨੇ ਇਸ ਪ੍ਰਕਾਰ ਖੋ ਛੋਟ ਲੈਂਦੇ ਨੇ ਧਨ ਦੌਲਤ ਨੂੰ ਕੱਲ ਕੇ ਕਾਲ ਹੈ ਕੀਨ ਕੁਚਾਲੀ ਕਲਯੁਗ ਦੇ ਸਮੇਂ ਵਿੱਚ ਇਹ ਖੋਟੀ ਚਾਲ ਜਣੀ ਸੀ ਚੱਲ ਪਈ ਹੈ ਇਹ ਰਾਜਿਆਂ ਦੀ ਨ੍ਰਿਪਤ ਭਏ ਮਤ ਮੰਦ ਮਲੀਨਾ ਨ੍ਰਿਪਤ ਰਾਜੇ ਜਣੇ ਅਸੀਂ ਮੰਦੀ ਤੇ ਮੈਲੀ ਮਤ ਵਾਲੇ ਹੋ ਗਏ ਜਨ ਸੁਭ ਕੰਮਰ ਕਰਮ ਖੋਸ ਕਿਸ ਲੀਨਾ ਕਹਿੰਦੇ ਜਨੋ ਜਾਣ ਲਓ ਕਿ ਸ਼ੁਭ ਚੰਗੇ ਕਰਮ ਜਣੇ ਸੀ ਉਹ ਕਿਸੇ ਨੇ ਇਹਨਾਂ ਦੇ ਕੋਲੋਂ ਖੋ ਹੀ ਲੈ ਮਾੜੇ ਕਰਮ ਕਰਨ ਲੱਗ ਪਏ ਇਹ ਜਿਹੜੇ ਇਸ ਪ੍ਰਕਾਰ ਲੋਧੀ ਖਾਨਦਾਨ ਵਗੈਰਾ ਗੁਰੂ ਨਾਨਕ ਸਾਹਿਬ ਦੇ ਟਾਈਮ ਤੋਂ ਪਹਿਲਾਂ ਇਹ ਜਿੰਨੇ ਰਾਜੇ ਹੋਏ ਨੇ ਮੰਤਰੀ ਲਲਪ ਬੇਸਿਆ ਗਾਮੀ ਤੋਂ ਜਿਹੜੇ ਮੰਤਰੀ ਵਜ਼ੀਰ ਸਨ ਲਲਪ ਲਾਲਚੀ ਸਨ ਤੇ ਫਿਰ ਬੇਸਿਆ ਗਾਮੀ ਹੋ ਚੁੱਕੇ ਸਨ ਦੁਰਾਚਾਰ ਕਰਹੀ ਮਨ ਬਾਮੀ ਮਨ ਬਾਮੀ ਟੇਡੇ ਮਨ ਵਾਲੇ ਸਾਰੇ ਦੁਰਾਚਰ ਖੋਟੇ ਕਰਮ ਕਰਦੇ ਸਨ ਇਹਨਾਂ ਲੋਕਾਂ ਨੇ ਸੋ ਜੇ ਜੜੀ ਵੀ ਚੰਗੀ ਚੀਜ਼ ਦੇਖਣੀ ਹਿੰਦੂਆਂ ਦੇ ਕੋਲ ਉਹ ਚੁੱਕ ਕੇ ਲੈ ਜਾਣੀ ਸੋ ਨੌਜਵਾਨ ਲੜਕੀਆਂ ਨੂੰ ਚੁੱਕ ਕੇ ਲੈ ਜਾਣਾ ਜੇ ਕਿਤੇ ਕਿ ਦੇਖਣਾ ਵੀ ਕਿਸੇ ਦੀ ਸ਼ਾਦੀ ਹੋਈ ਹੈ ਡੋਲਾ ਜਾ ਰਿਹਾ ਨਵਾਬਾਂ ਨੇ ਜਦੋਂ ਵੀ ਕਿਸੇ ਨੇ ਵੇਖ ਲਿਆ ਡੋਲਾ ਖੋਹ ਕਰਕੇ ਲੈ ਜਾਣਾ ਐਸ ਤਰ੍ਹਾਂ ਦੇ ਨਾਲ ਜੇ ਕਿਸੇ ਕੋਲ ਕੋਈ ਚੰਗਾ ਸੋਨਾ ਚਾਂਦੀ ਜਾਂ ਧਨ ਚੰਗੇ ਘੋੜੇ ਚੰਗੀ ਚੀਜ਼ ਦੇਖਣੀ ਤੇ ਧੱਕੇ ਨਾਲ ਖੋਲ ਲੈਣੀ ਇਹੋ ਜਿਹਾ ਰਾਜ ਦਾ ਸਮਾ ਵਰਤ ਰਿਹਾ ਸੀ ਦੋਹਰਾ ਦੁਰਮਤ ਦੁਸ਼ਟ ਦਰੋਦਰੀ ਤੋਂ ਕਹਿੰਦੇ ਦੁਰਮਤ ਖੋਟੀ ਮਤ ਵਰਤ ਨਹੀਂ ਸੀ ਦੁਸ਼ਟ ਭਾਵ ਸੀ ਇਹਨਾਂ ਦਾ ਵਰਤਾਓ ਦੁਸ਼ਟਾਂ ਵਾਲਾ ਸੀ ਦਰੋਧਰੀ ਜੂਏ ਬਾਜੀ ਕਰਦੇ ਸਨ ਦੋਕ੍ਰਿਤ ਦੁਖਤ ਕਲੇਸ਼ ਬੜੇ ਭਾਰੀ ਸੋ ਦੁਕ੍ਰਿਤ ਖੋਟੀ ਕਰਤ ਕਰਦੇ ਸਨ ਦੁਖਤ ਦੁੱਖ ਦੇਣਾ ਸਭ ਨੂੰ ਕਲੇਸ਼ ਪੈਦਾ ਕਰਦੇ ਸਨ ਸੂਨ ਸਿੰਘ ਕਾ ਸਰਸ ਸੋ ਇਉਂ ਜਾਣੋ ਕਿ ਜਿਸ ਤਰ੍ਹਾਂ ਸਿੰਘ ਕਾ ਰਾਖਸ਼ਣੀ ਦਾ ਪੁੱਤਰ ਜਿਵੇਂ ਹੋਵੇ ਧਰਮ ਭਇਓ ਰਾਕੇਸ ਧਰਮ ਜਿਹੜਾ ਸੀ ਪੂਰਨਮਾਸ਼ੀ ਦਾ ਚੰਦਰਮਾ ਬਣਿਆ ਸੀ ਤੇ ਇਹਨਾਂ ਦਾ ਰਾਜ ਇਉਂ ਸੀ ਜਿਵੇਂ ਰਾਹੁ ਗ੍ਰਹਿਣ ਲੱਗਦਾ ਜਦੋਂ ਤੇ ਚੰਦਰਮਾ ਨੂੰ ਗ੍ਰਸ ਲੈਿੰਦਾ ਖਾ ਜਾਂਦਾ ਇਸ ਤਰ੍ਹਾਂ ਦਾ ਸਮਾਂ ਜਾਨੀ ਧਰਮ ਨੂੰ ਇਹਨਾਂ ਨੇ ਖਾ ਹੀ ਲਿਆ ਸੀ ਸਮਝੋ ਚਉਪਈ ਨ੍ਰਿਪਤ ਪੁਕਾਰਨਾ ਸੁਨਹਿ ਕਾਈ ਰਾਜਾ ਕਿਸੇ ਗਰੀਬ ਦੀ ਪੁਕਾਰ ਸੁਣਦਾ ਹੀ ਨਹੀਂ ਸੀ ਇੱਥੋਂ ਤੱਕ ਸੀ ਕਿ ਗਰੀਬ ਬੰਦਾ ਤੇ ਰਾਜੇ ਤੱਕ ਨਾ ਪਹੁੰਚੇ ਤੇ ਨਾ ਕੋਈ ਪੁਕਾਰ ਕਰੇ ਕਾਜੀ ਰਿਸ਼ਵਤ ਬਸ ਅਦਕਾਈ ਤੇ ਜਿਹੜੇ ਕਾਜੀ ਧਾਰ ਧਰਮੀ ਲੋਕ ਧਰਮ ਦੇ ਮੁਖੀ ਸਨ ਉਹ ਰਿਸ਼ਵਤ ਦੇ ਵਾਸ ਸਨ ਜਿੰਨੇ ਜਿਹੜਾ ਕੋਈ ਤੁਹਾਨੂੰ ਆਦਕ ਲਾਲਚ ਦੇ ਦੇਵੇ ਉਹਦੇ ਹੱਕ 'ਚ ਫੈਸਲਾ ਕਰ ਦੇਣਾ ਝੂਠੇ ਕੋ ਸੱਚਾ ਕਰ ਦੇਈ ਜਿਹੜਾ ਪੈਸੇ ਦੇ ਵਿੱਚ ਝੂਠਾ ਵੀ ਸੱਚਾ ਬਣਾ ਦਿੰਦੇ ਸਨ ਸਤ ਨਿਆਂ ਨੂੰ ਨਾਉ ਨਾ ਦੇਈ ਸੱਚ ਨੂੰ ਤੇ ਸੱਚ ਦੇ ਇਨਸਾਫ ਨੂੰ ਤਾਂ ਕੋਈ ਵੀ ਨਹੀਂ ਦਿੰਦਾ ਸੀ ਕੋਈ ਸੱਚ ਦਾ ਇਨਸਾਫ ਨਹੀਂ ਸੀ ਕਰਦਾ ਜਹ ਤਹ ਚੱਲੀ ਮਲੇਛਨ ਭਾਖ ਜਿੱਥੇ ਕਿਥੇ ਸੋ ਕਹਿੰਦੇ ਮਲੇਸ਼ਾਂ ਦੀ ਇਹ ਮੁਸਲਮਾਨਾਂ ਦੀ ਭਾਸ਼ਾ ਫਾਰਸੀ ਚੱਲ ਪਈ ਜਦੋਂ ਨਿਜ ਨਿਜ ਧਰਮ ਨਰਨ ਸਭ ਨਾਖਾ ਸਭ ਮਨੁੱਖਾਂ ਨੇ ਆਪਣਾ ਆਪਣਾ ਧਰਮ ਹੀ ਤਿਆਗ ਦਿੱਤਾ ਛੱਡ ਦਿੱਤਾ ਪੁੰਨ ਹੀਨ ਤਨ ਪਾਪ ਨਹੀਂ ਪੀਣਾ ਇਹ ਸਮਨ ਇਹਨਾਂ ਦੇ ਸਰੀਰ ਜਿਹੜੇ ਸਨ ਸੋ ਪੁੰਨਾ ਤੋਂ ਖਾਲੀ ਹੋ ਗਏ ਇਸ ਪ੍ਰਕਾਰ ਤੇ ਪਾਪਾ ਪਾਪ ਜਿਹੜੇ ਸੀ ਬਹੁਤੇ ਵੱਢ ਗਏ ਇਹਨਾਂ ਵਿੱਚ ਦਰਬ ਖਸੋਟ ਹੈ ਦੇਖਤ ਦੀਨਾ ਜਿੰਨੂੰ ਬ ਗਰੀਬ ਨੂੰ ਦੇਖਦੇ ਉਹਦੇ ਕੋਲੋਂ ਧੰਨ ਖੋਹ ਲੈਂਦੇ ਸਨ ਦਾਕੇ ਮਾਰ ਲੈਣੇ ਤੱਕੇ ਨਾ ਖੋਲਣਾ ਪਰ ਕਾਰਜ ਕੀ ਕਰਤਾ ਹਾਨੀ ਸੋ ਦੂਸਰੇ ਦੇ ਕੰਮ ਦਾ ਨੁਕਸਾਨ ਹੀ ਕਰਦੇ ਸਨ ਉਸ ਵੇਲੇ ਲੋਕ ਸਨ ਜਿਉ ਤਨ ਖੋਬ ਹੈ ਦੁਖਦਾਨੀ ਕਹਿੰਦੇ ਨੇ ਇਹ ਤਾਂ ਇਉਂ ਸੀ ਜਿਹੜੀ ਸਣ ਹੈ ਸੋ ਜਿਸ ਤਰ੍ਹਾਂ ਆਪਣਾ ਆਪ ਗਵਾਉਂਦੀ ਹੈ ਤੇ ਫਿਰ ਉਸ ਦਾ ਉਹ ਸਣਦੇ ਛਿਲਲਾ ਕਰਕੇ ਰੱਸਾ ਵਟਿਆ ਜਾਂਦਾ ਹੈ ਉਹ ਰੱਸਾ ਫਿਰ ਦੂਸਰੇ ਨੂੰ ਬੰਨਣ ਦੇ ਕੰਮ ਆਉਂਦਾ ਕਹਿੰਦੇ ਇਹੋ ਜੇ ਇਹਨਾਂ ਲੋਕਾਂ ਦੇ ਕਰਮ ਬਣ ਗਏ ਸਨ ਪਰ ਧੰਨ ਪਰ ਨਿੰਦਿਆ ਪਰ ਦਾਰਾ ਕਹਿੰਦੇ ਪਰਾਇਆ ਧੰਨ ਖੋਣਾ ਪਰਾਇਆ ਦੀ ਨਿੰਦਿਆ ਕਰਨੀ ਪਰਾਇਆਂ ਇਸ ਤਰ੍ਹਾਂ ਇਸਤਰੀਆਂ ਖੋਣੀਆਂ ਬਿਵਚਾਰ ਕਰਨੇ ਇਹਨਾਂ ਦਾ ਇਹੋ ਜਿਹਾ ਖੋਟਾ ਕਰਮ ਚੱਲ ਪਿਆ। ਨਿਸ ਦਿਨ ਤਨ ਮਨ ਸੋਹਤ ਧਾਰਾ। ਤੋਂ ਇਹਨਾਂ ਨੇ ਸੋ ਦਿਨੇ ਰਾਤ ਤਨ ਨਾਲ ਮਨ ਨਾਲ ਸੋਹਿਤ ਧਾਰਾ। ਤਨ ਮਨ ਕਰਕੇ ਇਹ ਮਾੜੇ ਕੰਮਾਂ ਵਿੱਚ ਹਿਤ ਪ੍ਰੇਮ ਧਾਰਨ ਕੀਤਾ ਹੋਇਆ ਸੀ। ਕਾਜੀ ਹੋਏ ਰਿਸ਼ਵਤੀ ਵੱਡੀ ਲਾ ਕੇ ਹੱਥ ਹੱਕ ਗੋ ਆਈ ਇਸ ਪ੍ਰਕਾਰ ਇਹੋ ਜਿਹਾ ਇਹਨਾਂ ਦਾ ਕੰਮ ਸੀ ਦੋਹਰਾ ਜੰਗਮ ਬਹੁਤ ਸਰੇਵਰੇ ਕਹਿੰਦੇ ਹਨ ਸੋ ਕਵੀ ਜੀ ਕਿ ਉਸ ਵੇਲੇ ਧਰਮੀ ਤੇ ਧਰਮ ਬਹੁਤ ਸਨ ਕਹਿੰਦੇ ਜੰਗਮ ਜਿਹੜੇ ਹੱਥ ਵਿੱਚ ਟੱਲੀਆਂ ਲਾ ਕੇ ਸਿਰ ਤੇ ਮੋਰ ਦੇ ਖੰਭ ਲਾ ਕਰਕੇ ਇਸ ਪ੍ਰਕਾਰ ਸੋ ਸ਼ਿਵ ਜੀ ਦਾ ਵਿਆਹ ਗਾਉਂਦੇ ਟੱਲੀਆਂ ਦੇ ਵਿੱਚ ਇਸ ਪ੍ਰਕਾਰ ਮੰਗਦੇ ਸਨ ਸੋ ਜੰਗਮ ਤੇ ਫਿਰ ਬਹੁਤ ਸਰੇਵੜੇ ਇਸ ਪ੍ਰਕਾਰ ਜਿਹੜੇ ਸਰੇਵੜੇ ਇਹ ਜੈਨ ਮਤ ਦੇ ਵਿੱਚ ਹੋਏ ਹਨ ਕਰਤ ਦਿਗੰਬਰਾਰ ਤੇ ਦਿਗੰਬਰ ਜਿਹੜੇ ਇਸ ਪ੍ਰਕਾਰ ਦਿਗੰਬਰ ਕਹਾਉਂਦੇ ਨੇ ਕੋਈ ਕੱਪੜਾ ਨਹੀਂ ਪਾਉਂਦੇ ਇਸ ਪ੍ਰਕਾਰ ਉਹ ਦਿਗੰਬਰ ਕਹਾਉਂਦੇ ਨੇ ਇਹ ਆਪੋ ਵਿੱਚ ਝੰਗੜੇ ਕਨਿਆ ਕਰਦੇ ਇਹ ਸਰੇਵੜੇ ਦਿਗੰਬਰ ਆਦ ਕ ਜਿਹੜੇ ਸਨ ਆਪਣਾ ਧਰਮੀ ਲੋਕ ਖਾਟ ਦਰਸ਼ਨ ਹਰ ਨਾਮ ਬਿਨ ਜਿਹੜੇ ਛੇ ਦਰਸ਼ਨ ਮੰਨੇ ਸਨ ਇਸ ਪ੍ਰਕਾਰ ਪਰਮੇਸ਼ੁਰ ਦੇ ਨਾਮ ਤੋਂ ਬਿਨ ਸੋ ਇਸ ਪ੍ਰਕਾਰ ਜੋਗੀ ਜੰਗਮ ਸਰੇਵੜੇ ਸੰਨਿਆਸੀ ਦਰਵੇਸ਼ ਤੇ ਬ੍ਰਾਹਮਣ ਇਹ ਕਹਿੰਦੇ ਜਿਹੜੇ ਛੇ ਦਰਸ਼ਨ ਮੰਨੇ ਸਨ ਇਹ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾ ਹੋ ਗਏ ਹੋਤ ਬਾਦ ਮਰ ਖੁਆਰ ਇਹ ਆਪ ਵਿੱਚ ਝਗੜੇ ਕਰਦੇ ਤੇ ਇਸ ਪ੍ਰਕਾਰ ਇਸ ਪ੍ਰਕਾਰ ਮਰਦੇ ਤੇ ਖੁਆਰ ਹੁੰਦੇ ਸਨ ਝਗੜਿਆਂ ਚ ਮਰੀ ਜਾਂਦੇ ਸਨ ਚੌਪਈ ਕੀਨੇ ਦਵਾਦਸ ਮਾਰਗ ਜੋਗੀ ਤੇ ਜੋਗੀ ਜਿਹੜੇ ਸਨ ਇਹਨਾਂ ਨੇ ਆਪਣੇ 12 ਪੰਥ ਚਲਾਏ ਸਨ ਇਸ ਪ੍ਰਕਾਰ ਇਹ ਵੰਡੇ ਹੋਏ ਸਨ ਆਪੋ ਵਿੱਚ ਭਾਉ ਭਗਤ ਬਿਨ ਭੈ ਬਿਯੋਗੀ ਤੋਂ ਕਹਿੰਦੇ ਨੇ ਪ੍ਰੇਮ ਭਗਤੀ ਤੋਂ ਖਾਲੀ ਹੋ ਚੁੱਕੇ ਸਨ ਜਿਵੇਂ ਬਾਣੀ ਦੇ ਵਿੱਚ ਗੁਰੂ ਸਾਹਿਬ ਦਾ ਬਚਨ ਹੈ ਕਿ ਭਾਈ 12 ਮਹ ਜੋਗੀ ਪਰਮਾਏ ਚੌਛੇ ਮੈਂ ਸੰਨਿਆਸੀ ਦਸਾਂ ਭੇਖਾਂ ਵਿੱਚ ਸੰਨਿਆਸੀ ਭੁੱਲੇ ਬੈਠੇ ਸਨ ਝਗੜੇ ਕਰਦੇ ਤੇ 12 ਪੰਥ ਜੋਗੀਆਂ ਨੇ ਬਣਾ ਲਏ ਸਨ ਤੇ ਰਾਜੇ ਰਾਜਕ ਮਾਮਦੇ ਉਲਤੀ ਵਾਰ ਖੇਤ ਕੋ ਖਾਈ ਭਾਈ ਸਾਹਿਬ ਨੇ ਕਿਹਾ ਤੇ ਰਾਜਿਆਂ ਇਹੋ ਜਿਹਾ ਸੀ ਸੋ ਜਿਹੜਾ ਬੇਇਨਸਾਫੀ ਕਰਦੇ ਸਨ ਕਰਹੈ ਸ਼ਾਸਤਰਨ ਬਿਪਰ ਕੋਬਦ ਬ੍ਰਾਹਮਣ ਜਿਹੜੇ ਸਨ ਇਹ ਸ਼ਾਸਤਰ ਪੜ੍ਹ ਕਰਕੇ ਸ਼ਾਸਤਰ ਵਿੱਚ ਫਿਲਾਸਫੀ ਹੈ ਤੇ ਆਪਣੀ ਫਿਲਾਸਫੀ ਦੇ ਨਾਲ ਇਹ ਝਗੜੇ ਕਰਦੇ ਸਨ ਗੁਰੂ ਸਾਹਿਬਾਂ ਦੇ ਸਮੇਂ ਤੇ ਵੀ ਐਸੇ ਪੰਡਤ ਆਏ ਗੁਰੂ ਕੋਲ ਸੋ ਇਸ ਪਰ ਜਿਹਨੂੰ ਕਹਿੰਦੇ ਚਰਚਾ ਕਰਨੀ ਆ। ਤੋਂ ਭਾਵ ਕਿ ਕਿ ਸਵਾਲ ਜਵਾਬ ਕਰਨੇ ਮੁਕਾਬਲਾ ਕਰਨਾ ਧਰਮ ਦੇ ਨਾਂ ਤੇ। ਤੇ ਕਹਿੰਦੇ ਇਉਂ ਇਹ ਵਿਚਾਰੇ ਝਗੜਿਆਂ ਵਿੱਚ ਹੀ ਫਸੇ ਹੋਏ ਸਨ। ਬਹੁਤ ਪਰਸ ਪਰਵਦਤ ਵਿਖਾਦਾ। ਇਉਂ ਆਪੋ ਵਿੱਚ ਧਰਮੀ ਲੋਕਾਂ ਦਾ ਤੇ ਆਪੋ ਵਿੱਚ ਵਿਖਾ ਦੇ ਝਗੜਾ ਵਧਿਆ ਹੋਇਆ ਸੀ। ਬੈਰ ਵਿਰੋਧ ਵਧਿਆ ਹੋਇਆ ਸੀ। ਤਰਮੀ ਲੋਕ ਤਾਂ ਇਸ ਤਰ੍ਹਾਂ ਝਗੜਿਆਂ ਵਿੱਚ ਪਏ ਸਨ ਤੇ ਰਾਜੇ ਪਾਪ ਕਰ ਹੀ ਜਾਂਦੇ ਸਨ ਇਨਸਾਫ ਕਰਨ ਵਾਲੇ ਜਿਹੜੇ ਕਾਜੀ ਲੋਕ ਸਨ ਉਹ ਵੱਢੀ ਲੈ ਕਰਕੇ ਹੱਕ ਗਵਾਉਂਦੇ ਸਨ ਇਹੋ ਜਿਹੀ ਹਨੇਰ ਗਰਦੀ ਪਈ ਹੋਈ ਸੀ ਮੂੰਡ ਮੁਡਾ ਬਹਿ ਹੋਏ ਸੰਨਿਆਸੀ ਤੇ ਜਿਹੜੇ ਸਿਰ ਮੂੰ ਮੁਨਾ ਕਰਕੇ ਸੰਨਿਆਸ ਲੈਂਦੇ ਸੰਨਿਆਸੀ ਬਣ ਜਾਂਦੇ ਜਿਹੜੇ ਦਰਬਨਾਰ ਮਹਿ ਰਦਾ ਦੁਰਾਸੀ ਭਾਵੇਂ ਕਹਿੰਦੇ ਅਸੀਂ ਤਾਂ ਸੰਨਿਆਸੀ ਹੋ ਗਏ ਦੁਨੀਆ ਤੋਂ ਕਿਨਾਰਾ ਕਰ ਲਿਆ ਪਰ ਉਹ ਵੀ ਧਨ ਦੇ ਨਾਲ ਚੀ ਤੇ ਪਰਾਈਆਂ ਇਸਤਰੀਆਂ ਵਿੱਚ ਲੰਪਟ ਸਨ ਭਾਏ ਅਤੀਤ ਕਹਾਏ ਬੈਰਾਗੀ ਤੋਂ ਕਹਿੰਦੇ ਅਸੀਂ ਤਾਂ ਬੈਰਾਗੀ ਤੇ ਅਤੀਤ ਬ੍ਰਕਤ ਹੋ ਗਏ ਜੀ ਸਾਡਾ ਤਾਂ ਦੁਨੀਆ ਨਾਲ ਸੰਬੰਧ ਕੋਈ ਨਹੀਂ ਪਰ ਕਹਿੰਦੇ ਨੇ ਮਨ ਕਰਕੇ ਭੈੜੀ ਹਾਲਤ ਸੀ ਇਹਨਾਂ ਦੀ ਗ੍ਰਸਤੀ ਤੇ ਵੱਧ ਮਨ ਦੌ ਲਾਗੀ ਕਹਿੰਦੇ ਗ੍ਰਸਤੀਆਂ ਨਾਲੋਂ ਵੱਧ ਇਹ ਸੰਨਿਆਸੀਆਂ ਬ੍ਰਖਤਾਂ ਨੂੰ ਡੌਂ ਲੱਗੀ ਸੀ ਅੱਗ ਲੱਗੀ ਹੋਈ ਸੀ ਧਨ ਦੌਲਤ ਆਦਿਕ ਦੇ ਵਿੱਚ ਫਸੇ ਸਨ ਪੰਡਤ ਪਹਿਰੂਆ ਕਰਹਿ ਸਤਾਈ ਤੋਂ ਕਹਿੰਦੇ ਨੇ ਜਿਹੜੇ ਪੰਡਤ ਸਨ ਤੇ ਪਹਿਰੂਆ ਸਰ ਮੁੰਦੇ ਪਹਿਰੇਦਾਰ ਸਨ ਇਹ ਪੰਡਤ ਜਿਹੜੇ ਵਿਦਵਾਨ ਧਰਮੀ ਲੋਕ ਸਨ ਕਰੇ ਸਤੇ ਇਹ ਚੋਰੀਆਂ ਕਰਦੇ ਸਨ ਰਖਵਾਰੀ ਕੋ ਸਦਨ ਕਰੇ ਦੱਸੋ ਜਦੋਂ ਪਹਿਰੇਦਾਰ ਹੀ ਜਿਹੜਾ ਚੋਰੀ ਕਰੇ ਤੇ ਘਰ ਦੀ ਰਾਖੀ ਫਿਰ ਕੌਣ ਕਰੇ ਪੁੱਤੀ ਬਾਰ ਰਖ ਬਾਰ ਨਿਰਪਾਲ ਤੇ ਕਹਿੰਦੇ ਨੇ ਭਾਈ ਸੋ ਪਰਜਾ ਦੀ ਰੱਖਿਆ ਕਰਨ ਵਾਸਤੇ ਰਾਜਾ ਹੀ ਵਾਰ ਹੁੰਦਾ ਹੈ ਰਾਖੀ ਕਰਨ ਵਾਲਾ ਪ੍ਰਜਾ ਖੇਤ ਕੋ ਖਾਤ ਕੁਢਾਲਾ ਖੋਟੇ ਢੰਗ ਦੇ ਨਾਲ ਪ੍ਰਜਾ ਰੂਪ ਖੇਤ ਨੂੰ ਰਾਜ ਹੀ ਖਾਈ ਜਾਂਦੇ ਸਰ ਟੈਕਸ ਲਾ ਦੇਣੇ ਦੁਨੀਆ ਤੋਂ ਇਸ ਤਿਕਾ ਜਿੱਦਾ ਕਾਰੂ ਨੇ ਕੀਤਾ ਸੀ ਵੀ ਕਬਰਾਂ ਪੁੱਟ ਕਰਕੇ ਵੀ ਰੁਪਈਏ ਕੱਢ ਲੋ ਐਹੋ ਜੀ ਹਾਲਤ ਹੋ ਗਈ ਸੀ ਇਹਨਾਂ ਦੀ ਦੋਹਰਾ ਭਇਓ ਭਾਰ ਧਰ ਪਰ ਅਦਕ ਤੋਂ ਕਹਿੰਦੇ ਨੇ ਬਹੁਤ ਭਾਰੀ ਐਹੋ ਜੇ ਪਾਪਾਂ ਦਾ ਭਾਰ ਧਰਤੀ ਤੇ ਵੱਧ ਗਿਆ ਧਰਮ ਧਰਤ ਨਹ ਧੀਰ ਹੁਣ ਭਾਈ ਧਰਮ ਨੇ ਧਰਤੀ ਨੂੰ ਟਿਕਾਉਣਾ ਸੀ ਦੁਨੀਆ ਨੂੰ ਟਿਕਾਉਣਾ ਸੀ ਉਸ ਦਾ ਹੌਸਲਾ ਨਹੀਂ ਪੈਂਦਾ ਸੀ ਟਿਕਾਉਣ ਲਈ ਭਾਉ ਭਗਤ ਨਹ ਜਗਤ ਮੈਂ ਪ੍ਰੇਮ ਭਗਤੀ ਜਗਤ ਵਿੱਚ ਜੀਵਾ ਵਿੱਚ ਰਹੀ ਹੀ ਨਹੀਂ ਸੀ ਇਹੋ ਜਿਹਾ ਵਾਤਾਵਰਣ ਬਣਿਆ ਹੋਇਆ ਸੀ ਬਿਲ ਬਿਕਲ ਭਈ ਭੈ ਪੀਰ ਤੋ ਭਾਈ ਧਰਤੀ ਜਣੀ ਸੀ ਇਹ ਵਿਆਕੁਲ ਹੋ ਗਈ ਅਤੇ ਭੀਰ ਕਾਇਰ ਹੋ ਗਈ ਕਿ ਹੁਣ ਮੈਂ ਇਹ ਭਾਰ ਨਹੀਂ ਚੱਲ ਸਕਦੀ ਹਾਂ ਚਉਪਈ ਏਕੰਕਾਰ ਅਰਾਧਨ ਕੀਨਾ ਤਾਂ ਉਸ ਵੇਲੇ ਏਕ ਓੰਕਾਰ ਦੀ ਅਰਦਾਸਾਂ ਕੀਤੀ ਧਰਤੀ ਨੇ ਤੋ ਤਾਂ ਹੀ ਬਾਣੀ ਵਿੱਚ ਗੁਰੂ ਸਾਹਿਬਾਂ ਨੇ ਬਚਨ ਨੇ ਕਲਮਲ ਹੋਈ ਮੇਦਨੀ ਅਰਦਾਸ ਕਰੇ ਨਿਮ ਲਾਏ ਸੱਚੇ ਸੁਣਿਆ ਕੰਨ ਦੇ ਧੀਰਕ ਦੇ ਵੈਸਾ ਜ ਸੁਬਾਹ ਤੋ ਕਵੀ ਜੀ ਇਸ ਢੰਗ ਦੇ ਨਾਲ ਬਿਆਨ ਕਰ ਰਹੇ ਹਨ ਭਨਤ ਬੇਨਤੀ ਭਈ ਅਧੀਨਾ ਤੋ ਕਹਿੰਦੇ ਨੇ ਬੜੀ ਅਧੀਨ ਹੋ ਕਰਕੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਵਰ ਏਕ ਓੰਕਾਰ ਦੇ ਚਰਨਾਂ 'ਚ ਧਰਤੀ ਨੇ ਪੁਕਾਰ ਕੀਤੀ ਹੈ ਪਰਮੇਸ਼ਰ ਪਰ ਪੁਰਖ ਪਰਾਤਨ ਏ ਪਰਮੇਸ਼ਰ ਪਰਮ ਐਸ਼ਵਰ ਵਾਹਿਗੁਰੂ ਸਭ ਤੋਂ ਵੱਡੇ ਪਰਮੇਸ਼ਰ ਜੀ ਤੁਸੀਂ ਇਸ ਪ੍ਰਕਾਰ ਮਹਾਨ ਪਰਬੀਨ ਸਿਆਣੇ ਅੰਤਰਜਾਮੀ ਹੋ ਪ੍ਰਾਤਨ ਪੁਰਖ ਹੋ ਮਹਾਰਾਜ ਪਰਮ ਪ੍ਰਾਵਰਨਾਥ ਸਨਾਤਨ ਇਹ ਮਹਾਰਾਜ ਸਨਾਤਨ ਸਭ ਤੋਂ ਪ੍ਰਾਚੀਨ ਤੁਸੀਂ ਹੋ ਪਰਾਵਰਨਾਥ ਜਿਤਨੇ ਵੀ ਦੁਨੀਆ ਦੇ ਵੱਡੇ ਵੱਡੇ ਪੂਜਨੀਕ ਮੰਨੇ ਨੇ ਸਭਨਾ ਦੇ नाथ ਤੁਸੀਂ ਸਵਾਮੀ ਹੋ ਵਾਹਿਗੁਰੂ ਜੀ ਦੀਨ ਬੰਦ ਪ੍ਰਭ ਦੀਨ ਦਇਆਲਾ हे ਗਰੀਬਾਂ ਤੇ ਦਇਆ ਕਰਨ ਵਾਲੇ ਦੀਨ ਬੰਦ हे ਪ੍ਰਭੂ ਗਰੀਬਾਂ ਦੇ ਸੰਬੰਧੀ ਪਰਮੇਸ਼ਰ ਜੀਓ ਦੀਨਾ ਨਾਥ ਪ੍ਰੋਖ ਪ੍ਰਤ ਪਾਲਾ हे ਗਰੀਬਾਂ ਦੇ ਸਵਾਮੀ ਪ੍ਰੋਖ ਪਾਲ ਤੇ ਤੁਸੀਂ ਉਹਨੇ ਰਹਿ ਕਰਕੇ ਗੁਪਤ ਰਹਿ ਕਰਕੇ ਸਭ ਦੀ ਪਾਲਣਾ ਕਰਨ ਵਾਲੇ ਜੋ ਹੋ ਅਜਰ ਅਮਰ ਅਨਵਦ ਅਭੇਖਾ ਏ ਮਹਾਰਾਜ ਤੁਸੀਂ ਅਜਰ ਬੁਢੇਪੇ ਤੋਂ ਰਹਿਤ ਹੋ ਜਰ ਬੁਢੇਪਾ ਨਹੀਂ ਅਮਰ ਮੌਤ ਤੋਂ ਰਹਿਤ ਹੋ ਤੁਸੀਂ ਸਦਾ ਵਾਸਤੇ ਅਮਰ ਹੋ ਅਨਵਦ ਕਥਨ ਤੋਂ ਰਹਿਤ ਹੋ ਭੇਖਾ ਤੋਂ ਰਹਿਤ ਹੋ ਤੁਸੀਂ ਵਾਹਿਗੁਰੂ ਜੀ ਅਪੈ ਨਿਰੰਜਨ ਅਲਖ ਅਲੇਖਾ ਤੁਸੀਂ ਮਹਾਰਾਜ ਹਰ ਪ੍ਰਕਾਰ ਦੇ ਭੈ ਤੋਂ ਨਿਰਭਾਉ ਹੋ ਅਪੈ ਇਸ ਪ੍ਰਕਾਰ ਨਿਰੰਜਨ ਤੋਂ ਮਾਇਆ ਮਾਇਆ ਰੂਪ ਅੰਜਨ ਕਾਲਖ ਤੋਂ ਰਹਿਤ ਸ਼ੁੱਧ ਬ੍ਰਹਮ ਹੋ ਅਲਖ ਲਖੇ ਨਹੀਂ ਜਾਂਦੇ ਅਸ਼ੁੱਧ ਮਨ ਕਰਕੇ ਅਲੇਖਾ ਲੇਖਿਆ ਗਿਣਤੀਆਂ ਹਿਸਾਬਾਂ ਤੋਂ ਤੁਸੀਂ ਮਹਾਰਾਜੀ ਉਹ ਬਿਆੰਤ ਹੋ ਕਲਮਲ ਕਲਕੇ ਕਾਲ ਵਿਥਾਰਾ ਮਹਾਰਾਜ ਸੋ ਕਲਯੁਗ ਦੇ ਵਿੱਚ ਕਲਮਲ ਪਾਪ ਜਿਹੜੇ ਨੇ ਇਸ ਸਮੇਂ ਚ ਬਹੁਤ ਵਿਥਾਰ ਵਿਸਥਾਰ ਹੋ ਗਿਆ ਹੈ ਅਭੇ ਭਾਰ ਨਹ ਜਾਏ ਸੰਭਾਰਾ ਕਲਯੁਗ ਨੇ ਇਹ ਜਿਹੜੇ ਪਾਪ ਵਧਾ ਦਿੱਤੇ ਨੇ ਹੁਣ ਮੇਰੇ ਕੋਲੋਂ ਇਹ ਪਾਪਾਂ ਦਾ ਭਾਰ ਜਿਹੜਾ ਸੰਭਾਲਿਆ ਨਹੀਂ ਜਾਂਦਾ ਭਾਰੇ ਭੁਈ ਅਕਿਰਤ ਕਣ ਮੰਦੀ ਹੂ ਮੰਦੇ ਭਾਈ ਗੁਰਦਾਸ ਸਾਹਿਬ ਨੇ ਜ਼ਿਕਰ ਕੀਤਾ ਹੈ ਤਤ ਦੁਸਤਰ ਦੁਖ ਵੇਲਾ ਭਇਓ ਮਹਾਰਾਜ ਮੇਰੇ ਵਾਸਤੇ ਧਰਤੀ ਬੇਨਤੀ ਕਰ ਰਹੀ ਹੈ ਬੇ ਬਹੁਤ ਦੁਸਤਰ ਸੋ ਮਾੜਾ ਸਮਾ ਤੇ ਦੁਖ ਵੇਲਾ ਦੁੱਖ ਦਾ ਬੜਾ ਔਖਾ ਸਮਾ ਮੇਰੇ ਤੇ ਭਿਆਨਕ ਵਰਤ ਰਿਹਾ ਹੈ ਬਿਨ ਅਵਲੰਭ ਜਾਤ ਨਹ ਰਹਿਓ ਇਸ ਵਾਸਤੇ ਮਹਾਰਾਜ ਮੈਂ ਹੁਣ ਸਹਾਰੇ ਤੋਂ ਬਿਨਾ ਹੋ ਗਈਆਂ ਇਸ ਲਈ ਕਿਰਪਾ ਕਰੋ ਮੇਰੇ ਕੋਲ ਟਿਕਿਆ ਨਹੀਂ ਜਾਂਦਾ ਹੈ ਦੁਹਰਾ ਸਤਜਗ ਮਹ ਚਾਰੋਂ ਚਰਨ ਕਹੇ ਜਾਂਦੇ ਨਹੀਂ ਸਤਜਗ ਧਰਮ ਦੇ ਪੈਰ ਹੈ ਚਾਰ ਬਾਣੀ ਵਿੱਚ ਜ਼ਿਕਰ ਆਉਂਦਾ ਸੋ ਕਹਿੰਦੇ ਸਤਜਗਤ ਸਮੇਂ ਧਰਮ ਦੇ ਚਾਰ ਪੈਰ ਸੀ ਜਿਨ੍ਹਾਂ ਤੇ ਧਰਤੀ ਨੂੰ ਆਸਰਾ ਮਿਲਿਆ ਹੋਇਆ ਸੀ ਤ੍ਰੇਤੇ ਤੀਨ ਰਹਾਏ ਤ੍ਰੇਤੇ ਦੇ ਵਿੱਚ ਤ੍ਰੇਤੇ ਇੱਕ ਕਲਕੀਨੀ ਦੂਰ ਇੱਕ ਸ਼ਕਤੀ ਹੀ ਰਹਿ ਗਈ ਕਹਿੰਦੇ ਨੇ ਤਿੰਨ ਪੈਰਾਂ ਤੇ ਠਿੱਕ ਗਈ ਧਰਤੀ ਦਵਾਪਰ ਮਹਦੂ ਰਹੇ ਕਲ ਦਵਾਪਰ ਦੋਇ ਪੈਰ ਤੋ ਕਹਿੰਦੇ ਦਵਾਪਰ ਵਿੱਚ ਦੋ ਪੈਰ ਹੀ ਰਹਿ ਗਏ ਧਰਮ ਦੇ ਇੱਕ ਚਰਨ ਟਿਕਾਏ ਤੋ ਚਾ ਕਲਯੁਗ ਵਿੱਚ ਕਹਿੰਦੇ ਇੱਕੋ ਹੀ ਕਲ ਇੱਕ ਚਰਨ ਟਿਕਾਏ ਕਲਯੁਗ ਦੇ ਵਿੱਚ ਇੱਕ ਹੀ ਪੈਰ ਰਹਿ ਗਿਆ ਕਹਿੰਦੇ ਧਰਮ ਦਾ ਮਹਾਰਾਜ ਹੁਣ ਕਿਵੇਂ ਮੈਂ ਆਪਣਾ ਆਸਰਾ ਲਵਾਂ ਚਾਉ ਪਈ ਕਲ ਮਲ ਮੈਂ ਆਇਓ ਕਲ ਕਲ ਇਹ ਪਾਪਾਂ ਰੂਪ ਹੀ ਮਹਾਰ ਕਲਯੁਗ ਦਾ ਆ ਗਿਆ ਹੁਣ ਭਾਇਓ ਸੋਜਾਂ ਤੇ ਭਾਰ ਵਿਸਾਲ ਇਸ ਲਈ ਇਹ ਕਲਯੁਗ ਦੇ ਵਿੱਚ ਪਾਪਾਂ ਦਾ ਹੀ ਭਾਰ ਬਹੁਤ ਵੱਧ ਗਿਆ ਹੈ ਏਕ ਚਰਨ ਤੇ ਟਿਕਾ ਨਾ ਜਾਈ ਜੀ ਮਹਾਰਾਜ ਹੁਣ ਇੱਕ ਪੈਰ ਦੇ ਉੱਤੇ ਮੇਰੇ ਕੋ ਟਿਕਿਆ ਨਹੀਂ ਜਾਂਦਾ ਜੀ ਬਿਨ ਅਵਲੰਬਨਾ ਥਿਰਤਾ ਪਾਈ ਹੁਣ ਇਸ ਵਾਸਤੇ ਬਿਨਾ ਆਸਰੇ ਤੋਂ ਮੈਂ ਟਿਕ ਨਹੀਂ ਸਕਦੀ ਕਿਉਂਕਿ ਦਰਸਾਇਆ ਹੈ ਧਰਤੀ ਪੈਰਾਂ ਹੇਠ ਹੈ ਧਰਤੀ ਹੇਠ ਮਸੰਦਾ ਪਾਣੀ ਕਿ ਪਾਣੀ ਤੇ ਧਰਤੀ ਤਰ ਰਹੀ ਐ ਇਸ ਨੂੰ ਆਸਰਾ ਧਰਮ ਦਾ ਸੀ ਧਰਮ ਦੀ ਸ਼ਕਤੀ ਦਾ ਹੁਣ ਧਰਮ ਦੀ ਸ਼ਕਤੀ ਖੀਣ ਹੋ ਚੁੱਕੀ ਸੀ ਇਸ ਲਈ ਧਰਤੀ ਨੇ ਫਰਿਆਦ ਕੀਤੀ ਵਾਹਿਗੁਰੂ ਜੀ ਮੇਰੇ ਕੋਲ ਇੱਕ ਪੈਰ ਤੇ ਟਿਕਿਆ ਨਹੀਂ ਜਾਂਦਾ ਹੈ ਬਿਨਾਂ ਆਸਰੇ ਤੋਂ ੴ ਬਿਨ ਸਨ ਲੀਜੈ ਬੇਨਤੀ ਕੀਤੀ हे ੴ ਵਾਹਿਗੁਰੂ ਪਰਮੇਸ਼ਵਰ ਜੀ ਮੇਰੀ ਬੇਨਤੀ ਕਮੂਲ ਕਰੋ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਨੇ ਜਦੋਂ ਸ੍ਰਿਸ਼ਟੀ ਸਾਜੀ ਸਾਹਿਬ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਜ਼ਿਕਰ ਹੈ ਕਿ ਅਕਾਲ ਪੁਰਖ ਜੀ ਨੇ ਓੰਕਾਰ ਦਾ ਸ਼ਬਦ ਉਚਾਰਨ ਕਰਕੇ ਸ੍ਰਿਸ਼ਟੀ ਜਿਹੜੀ ਹੈ ਸਾਰੀ ਰਚੀ ਸੀ ਕੀਤਾ ਪਸਾਉ ਇੱਕੋ ਕਵਾਉ ਉਹ ਜਿਹੜਾ ਇੱਕ ਕਵਾਉ ਬਚਨ ਕੀਤਾ ਸੀ ਉਹ ਓੰਕਾਰ ਸੀ ਇਸ ਲਈ ਧਰਤੀ ਨੇ ਉਸ ਓੰਕਾਰ ਦੇ ਕੋਲ ਫਰਿਆਦ ਕੀਤੀ ਹੈ ਫਿਰ ਹੋਵੋ ਕੋ अवलम्ਬ ਦੀਜੈ ਇਸ ਲਈ ਬੇਨਤੀ ਕੀਤੀ ਮਹਾਰਾਜ ਮੈਨੂੰ ਕੋਈ ਆਸਰਾ ਦਿਓ ਜਿਹਦੇ ਨਾਲ ਮੈਂ ਹੁਣ ਟਿਕ ਸਕਾਂ ਜੋਤੀ ਰੂਪ ਆਤੁਰਿ ਬਾਨੀ ਕਿਉਂ ਜਿਸ ਨੇ ਜੋਤੀ ਸਰੂਪ ਪਰਮੇਸ਼ਰ ਦੇ ਚਰਨਾਂ ਵਿੱਚ ਆਤਰੀ ਬੜੀ ਦੁਖੀ ਆਤਰ ਦੁੱਖ ਵਾਲੀ ਫਰਿਆਦ ਜਿਹੜੀ ਜਦੋਂ ਕੀਤੀ ਤਾਂ ਸੁਨਤ ਵਿਚਾਰ ਕੀਨ ਸੁਖਦਾਨੀ ਸੁਖਾਂ ਦੇ ਦਾਤੇ ਏਕ ਓੰਕਾਰ ਨੇ ਸੁਣ ਕਰਕੇ ਵਿਚਾਰ ਕੀਤੀ ਜਿਸ ਨੂੰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਸੁਣ ਕੇ ਵਿਚਾਰ ਕੀਤਾ ਹੈ ਇਸ ਕਾਰਜ ਕੋ ਬਹੁਤ ਪਠਾਈ ਅਕਾਲ ਪੁਰਖ ਨੇ ਵਿਚਾਰ ਕੀਤਾ ਮੈਂ ਇਸ ਕਾਰਜ ਵਾਸਤੇ ਮਹੌਤ ਭੇਜੇ ਨੇ ਪਹਿਲਾਂ ਜਾਏ ਤਹਾਂ ਨਿਜ ਪੰਥ ਚਲਾਈ ਜਿਸ ਨੂੰ ਵੀ ਅਸੀਂ ਭੇਜਿਆ ਤੁਸੀਂ ਅਕਾਲ ਪੁਰਖ ਦਾ ਧਰਮ ਜਿਹੜਾ ਹੈ ਦੁਨੀਆਂ ਨੂੰ ਜਾ ਕੇ ਸਮਝਾਓ ਤੇ ਜਿਨੂੰ ਭੇਜਿਆ ਉਹਨੇ ਆਪਣੇ ਆਪ ਨੂੰ ਭਗਵਾਨ ਕਹਿ ਕੇ ਆਪਣਾ ਹੀ ਧਰਮ ਸਥਾਪਿਤ ਕਰ ਲਿਆ ਬਿਸਰੇ ਜਾ ਕਾਰਜ ਤਹ ਗਏ ਜਿਸ ਕਾਰਜ ਲਈ ਗਏ ਸਨ ਉਸ ਕੰਮ ਨੂੰ ਕਹਿੰਦੇ ਉਹਨੇ ਭੁੱਲੀ ਹੀ ਗਏ ਹਨ ਆਪਣੇ ਆਪਣੇ ਮਤ ਠਹਿਰਾਏ ਕਹਿੰਦੇ ਆਪੋ ਆਪਣਾ ਹੀ ਧਰਮ ਟਕਾ ਦਿੱਤਾ ਜਾ ਕੇ ਦੁਨੀਆ ਵਿੱਚ ਆਪਣੀ ਹੀ ਪੂਜਾ ਕਰਾਉਣ ਲੱਗ ਪਏ ਕਿਨਹੂ ਨਾ ਮਹਿਮਾ ਨ ਬਿਥਾਰੀ ਕਿਸੇ ਨੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਮਹਿਮਾ ਨਹੀਂ ਜਾਣ ਜਾਣ ਕੇ ਫੈਲਾਈ ਉਹ ਆਪਣਾ ਹੀ ਜਸ ਕਰਾਉਣਾ ਸ਼ੁਰੂ ਕਰਕੇ ਆਪਣਾ ਹੀ ਨਾਮ ਜਪਾਉਣਾ ਸ਼ੁਰੂ ਕਰ ਦਿੱਤਾ ਭਾਉ ਭਗਤ ਕੀ ਰੀਤ ਨਾ ਡਾਰੀ ਕਿਸੇ ਨੇ ਵੀ ਪ੍ਰੇਮਾ ਭਗਤ ਦੀ ਵੀ ਪਰਮੇਸ਼ਰ ਵਿੱਚ ਪ੍ਰੇਮ ਜਿਹੜਾ ਹੈ ਇਹ ਮਰਯਾਦਾ ਨਹੀਂ ਤੋਰੀ ਕਿਸੇ ਨੇ ਜਿਉਂ ਹੋਵਤ ਅਵਲੰਬਤ ਸੋਨੀ ਜਿਹਦੇ ਨਾਲ ਛੋਨੀ ਹੈ ਧਰਤੀ ਜਣੀ ਹੈ ਉਹ ਅਬਲੰਬਤ ਆਸਰੇ ਦੇ ਸਹਤ ਹੋ ਜਾਂਦੀ ਉਹ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਿਸੇ ਨੇ ਨਹੀਂ ਬਖਸ਼ਿਆ ਦੁਨੀਆ ਨੂੰ ਇਉ ਵਿਚਾਰ ਬੋਲੇ ਜਗ ਜੋਨੀ ਤਾਂ ਭਾਈ ਇਉ ਜਗਤ ਨੂੰ ਪੈਦਾ ਕਰਨ ਵਾਲੇ ਅਕਾਲ ਪੁਰਖ ਪਰਮੇਸ਼ਰ ਨੇ ਫਿਰ ਬਚਨ ਕੀਤਾ ਬੋਲੇ ਹਨ ਨਾਮ ਕੀਰਤਨ ਬਿਥਰ ਹੋ ਜਬ ਹੀ ਇਹ ਧਰਤੀ ਜਦੋਂ ਮੈਂ ਆਪ ਆਣ ਕਰਕੇ ਨਾਮ ਦਾ ਤੇ ਕੀਰਤਨ ਦਾ ਜਦੋਂ ਵਿਸਥਾਰ ਕਰਾਂਗਾ ਧਰਤੀ ਤੇ ਆਣ ਕੇ ਤੁਜ ਅਵਲੰਬ ਹੋਏ ਹੈ ਤਬ ਹੀ ਤਦੋਂ ਤੈਨੂੰ ਕਹਿੰਦੇ ਆਸਰਾ ਮਿਲੇਗਾ ਧਰਮ ਦਾ ਇਸ ਵਾਸਤੇ ਅਸੀਂ ਕੀਰਤਨ ਤੇ ਪਰਮੇਸ਼ਵਰ ਦਾ ਨਾਮ ਜਿਹੜਾ ਵਾਹਿਗੁਰੂ ਦਾ ਜਸ ਆਣ ਕਰਕੇ ਜਦੋਂ ਫੈਲਾਵਾਂਗੇ ਉਦੋਂ ਤੈਨੂੰ ਆਸਰਾ ਮਿਲ ਜਾਏਗਾ ਜਾਤੇ ਪ੍ਰਗਟਾਵੋ ਜਗ ਆਈ ਇਹ ਹੁਣ ਕਹਿੰਦੇ ਮੈਂ ਆਪ ਹੀ ਆਣ ਕੇ ਪ੍ਰਗਟ ਕਰੂੰ ਕਿਉਂਕਿ ਪਹਿਲਾਂ ਸੋ ਜਿਹਨੂੰ ਜਿਹਨੂੰ ਵੀ ਦੁਨੀਆ ਦੇ ਵਿੱਚ ਭੇਜਿਆ ਉਹ ਸਭ ਹੀ ਆਪੋ ਆਪਣੀ ਸੋ ਕਹਿੰਦੇ ਨੇ ਪੂਜਾ ਵਿੱਚ ਸੋ ਉਰਜ ਗਏ ਫਸ ਗਏ ਹਨ ਮੋ ਬਿਨ ਹੋਰਤ ਨ ਆਨ ਉਪਾਈ ਹੁਣ ਮੇਰੇ ਆਪਣੇ ਆਉਣ ਤੋਂ ਬਿਨਾ ਕੋਈ ਹੋਰ ਯਤਨ ਰਹਿ ਨਹੀਂ ਗਿਆ ਨੇ ਵਿੰਆ ਦੇਵਤਿਆਂ ਦੇ ਜਿਹੜੇ ਅਵਤਾਰ ਭੇਜ ਕਰਕੇ ਕੋਸ਼ਿਸ਼ਾਂ ਕੀਤੀਆਂ ਪਰ ਕਹਿੰਦੇ ਨੇ ਉਹਨਾਂ ਤੋਂ ਸੋ ਇਸ ਪ੍ਰਕਾਰ ਪਰਮੇਸ਼ਵਰ ਦਾ ਜਸ ਨਹੀਂ ਕੀਤਾ ਗਿਆ ਤੈਨੂੰ ਧਰਤੀ ਨੂੰ ਆਸਰਾ ਨਹੀਂ ਮਿਲਿਆ ਹੈ ਧਰਮ ਧਾਮ ਧਰ ਧੀਰਜ ਦੀਨੋ ਤੋਂ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਨੇ ਇਉਂ ਜਿਹੜਾ ਹੈ ਫਿਰ ਧੀਰਜ ਜਿਹੜਾ ਹੈ ਸੱਚੇ ਸੁਣਿਆ ਕੰਨ ਦੇ ਧੀਰਕ ਦੇਵੈ ਸ ਇਉ ਧੀਰ ਜਿਹੜਾ ਧਰਤੀ ਨੂੰ ਬਖਸ਼ਿਆ ਪਾਏ ਅਲੰਭ ਹੋਏ ਦੁੱਖ ਛੀਨੋ ਤੇ ਕਹਿੰਦੇ ਨੇ ਫਿਰ ਇਹ ਤੋ ਜਿਸ ਨੇ ਧੀਰਜ ਦਿੱਤਾ ਤੇ ਇਹ ਅਕਾਲ ਪੁਰਖ ਦਾ ਆਸਰਾ ਮਿਲ ਗਿਆ ਜਦੋਂ ਫਿਰ ਆਪਣਾ ਦੁੱਖ ਦੂਰ ਕੀਤਾ ਧਰਤੀ ਧੀਰਜ ਦੇ ਸਹਤ ਟਿਕ ਗਈ ਉਸ ਵੇਲੇ ਸੁਨ ਕਰ ਗिरा ਗਗਨ ਕੀ ਸੀ ਸੁਨੋ ਤੋ ਸੁਨ ਕਹਿੰਦੇ ਛੋਨੀ ਕਹਿੰਦੇ ਇਸ ਪ੍ਰਕਾਰ ਅਕਾਲ ਪੁਰਖ ਨੇ ਜਦੋਂ ਆਕਾਸ਼ ਬਾਣੀ ਇਉਂ ਸੁਣੀ ਧਰਤੀ ਨੇ ਉਰ ਕਰ ਪਰਮ ਹਰਖ ਮੁਖ ਮੋਨੀ ਮੁਖ ਤੋਂ ਚੁੱਪ ਹੋ ਗਈ ਤੇ ਹਿਰਦੇ ਵਿੱਚ ਖੁਸ਼ ਹੋ ਗਈ ਧਰਤੀ ਮਾਤਾ ਜਗ ਮਹਿ ਰਗਵਰ ਕੁਲ ਅਕਲੰਕ ਅਕਲੰਕ ਅਸ ਜਗਤ ਦੇ ਵਿੱਚ ਜੋ ਰਗਬ ਸੋ ਭਗਵਾਨ ਰਾਮਚੰਦ ਦੀ ਅਕਲੰਕ ਕੁਲ ਜੋ ਸੂਰਜ ਵੰਸ਼ ਹੈ ਪ੍ਰਗਟੇ 베ਦੀ ਕਮੁਦ ਮਯੰਕਾ ਮੇਰੇ ਸਤਿਗੁਰੂ ਪਾਤਸ਼ਾਹ ਜੀ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਿਸ ਪ੍ਰਕਾਰ ਮਯੰਕਾ ਚੰਦਰਮਾ ਦੀ ਨਿਆਇ ਕੁੰਮਦ ਕਮੀਆਂ ਨੂੰ ਖੜਾਉਣ ਵਾਲੇ ਰੂਪ ਹੋ ਕਰਕੇ ਪ੍ਰਗਟੇ ਏਕ ਓੰਕਾਰ ਧਾਰਨ ਜ ਰੂਪਾ ਏਕ ਓੰਕਾਰ ਪਰਮੇਸ਼ਵਰ ਨੇ ਆਪਣਾ ਸਰੂਪ ਧਾਰਨ ਕੀਤਾ ਪ੍ਰਗਟੇ ਸਤਿਗੁਰ ਰੂਪ ਅਨੂਪਾ ਉਪਮਾ ਤੋਂ ਰਹਿਤ ਧਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਸੋ ਪ੍ਰਗਟ ਹੋਏ ਜੀ ਦੁਹਰਾ ਨਿਸਕੁਚਾਲ ਕਲਕਾਲ ਤਮ ਇਸ ਕਲਯੁਗ ਦੇ ਸਮੇਂ ਦੇ ਇਸ ਪਰ ਤਮ ਜੋ ਹਨੇਰ ਰਾਤ ਬਣੀ ਹੋਈ ਸੀ ਕੋਚਾਲ ਖੋਟੀਆਂ ਚਾਲਾਂ ਜੋ ਚੱਲ ਰਹੀਆਂ ਸਨ ਉਡਗਨ ਦੰਬ ਸਮਾਜ ਇੱਥੇ ਜਿਹੜਾ ਸੋ ਇਸ ਪ੍ਰਕਾਰ ਦੰਬ ਪਖੰਡ ਰੂਪ ਉਡਗਨ ਤਾਰਿਆਂ ਦਾ ਜਿਹੜਾ ਸਮਾਜ ਇਸ ਪ੍ਰਕਾਰ ਬਣਿਆ ਹੋਇਆ ਸੀ ਭਾਏ ਕੁਮਦ ਸੇ ਅਨਕ ਮਤ ਕਮੀਆਂ ਦੀ ਨਿਆਈ ਸੋ ਬਹੁਤ ਸਾਰੇ ਮਤ ਜੋ ਧਰਮ ਪੈਦਾ ਹੋਏ ਹੋਏ ਸਨ ਇੰਦ ਮੁਹੰਮਦ ਰਾਜ ਇਹ ਮੁਹੰਮਦੀਆਂ ਦਾ ਜਿਹੜਾ ਰਾਜ ਇਸ ਪ੍ਰਕਾਰ ਦਰਮਾ ਦੀ ਨਈ ਚਮਕਦਾ ਸੀ ਚੌਪਈ ਤਿੰਨ ਕੋ ਹਰਨ ਬਾਲ ਦਿਨ ਰਾਉ ਇਹ ਸਾਰੇ ਕੁਝ ਨੂੰ ਦੂਰ ਕਰਨ ਵਾਸਤੇ ਬਾਲ ਦਿਨ ਰਾਉ ਜਿਸ ਤਰ੍ਹਾਂ ਚੜਦਾ ਸੂਰ ਜਿਹੜਾ ਪ੍ਰਗਟ ਹੁੰਦਾ ਹੈ ਤੋ ਭਾਰੀ ਤੇਜ ਤੱਪ ਹੁੰਦਾ ਜਦੋਂ ਸੂਰਜ ਚੜ੍ਹਦਾ ਆਇਆ ਪ੍ਰਕਾਸ਼ ਕਰਦਾ ਇਹੋ ਸਾਹਿਬਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ ਸੂਰਜ ਦੀ ਨਿਯਾਈ ਉਦੇਸੋ ਨਾਨਕ ਤੇਜ ਪ੍ਰਭਾਉ ਪ੍ਰਭਾਉ ਕਹਿੰਦੇ ਬੜੇ ਤੇਜ ਪ੍ਰਭਾਵ ਵਾਲੇ ਪ੍ਰਤਾਪ ਵਾਲੇ ਗੁਰੂ ਨਾਨਕ ਸਾਹਿਬ ਜੀ ਫਿਰ ਪ੍ਰਗਟ ਹੋਏ ਬਚਨ ਕਿਰਨ ਜਾ ਮਹਿ ਪ੍ਰਕਾਸੀ ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਬਚਨਾਂ ਰੂਪੋ ਕਿਰਨਾਂ ਦਾ ਪ੍ਰਕਾਸ਼ ਕੀਤਾ ਗੁਰੂ ਨਾਨਕ ਸਾਹਿਬ ਸੂਰਜ ਵਰਗੇ ਨੇ ਤੇ ਜੋ ਬਚਨ ਗੁਰੂ ਸਾਹਿਬ ਨੇ ਪ੍ਰਗਟ ਕੀਤੇ ਇਹ ਗੁਰੂ ਸਾਹਿਬ ਦੇ ਮੁਖ ਦੀਆਂ ਕਿਰਨਾਂ ਹਨ ਜਿਵੇਂ ਸੂਰਜ ਦੀਆਂ ਕਿਰਨਾਂ ਦਾ ਪ੍ਰਕਾਸ਼ ਹੁੰਦਾ ਹੈ ਸੰਤ ਤਾਮ ਰਸ ਹੀਰ ਵਿਕਾਸੀ ਤੇ ਜਿਹੜੇ ਸੰਤ ਲੋਕ ਸਨ ਨਾ ਤਾਮਰਸ ਕਮਲ ਦੀ ਨਹੀਂ ਆਈ ਗੁਰੂ ਨਾਨਕ ਦੇ ਮੁਖ ਤੋਂ ਬਾਣੀ ਸੁਣ ਕਰਕੇ ਉਹ ਖਿੜ ਗਏ ਖੁਸ਼ ਹੋ ਗਏ ਦੰਬੀ ਸਮ ਉਲੂਕ ਦੁਖ ਭਾਰੀ ਜਿਹੜੇ ਪਖੰਡੀ ਲੋਕ ਸਨ ਨਾ ਉਲੂਆਂ ਦੀ ਨਿਆਈ ਉਹਨਾਂ ਨੂੰ ਭਾਰੀ ਦੁੱਖ ਆਇਆ ਲੁਕ ਗਏ ਉਹ ਕਿੰਕਰ ਕੋਕ ਭਏ ਸੁਖਿਆਰੀ ਤੇ ਜਿਹੜੇ ਕਿੰਕਰ ਸੇਵਕ ਸਨ ਪਰਮੇਸ਼ਵਰ ਦੀ ਭਗਤੀ ਵਾਲੇ ਉਹ ਚੱਕਵੀ ਚੱਕਵੇ ਦੇ ਨਿਆਈ ਕਹਿੰਦੇ ਬੜੇ ਸੁਖਿਆਈ ਸੁਖੀ ਹੋ ਗਏ ਆਤਪ ਭਗਤ ਜਗਤ ਪ੍ਰਕਾਸੀ ਸਤਿਗੁਰੂ ਪਾਤਸ਼ਾਹ ਜੀ ਨੇ ਭਗਤੀ ਦੀ ਧੁੱਪ ਨੂੰ ਪ੍ਰਗਟ ਕੀਤਾ ਦੁਨੀਆ ਵਿੱਚ ਨੀਂਦ ਅਵਿਦਿਆ ਸਿੱਖਨ ਨਾਸੀ ਜਿਹੜੇ ਸਿੱਖ ਗੁਰੂ ਪਾਤਸ਼ਾਹ ਜੀ ਦੀਆਂ ਸਿੱਖਿਆ ਨੂੰ ਧਾਰਨ ਕਰ ਗਏ ਉਹਨਾਂ ਦੀ ਅਵਿਦਿਆ ਦੀ ਨੀਂਦ ਦੂਰ ਕਰਤੀ ਗੁਰੂ ਨਾਨਕ ਰੂਪ ਸੂਰਜ ਪ੍ਰਕਾਸ਼ ਕਰਕੇ ਗਿਆਨ ਨਾਮ ਮਹ ਨਰ ਵਰ ਜਾਗੀ ਸ੍ਰੇਸ਼ਟ ਲੋਕ ਜਿਹੜੇ ਚੰਗੇ ਲੋਕ ਸਨ ਉਹ ਗਿਆਨ ਦੇ ਵਿੱਚ ਤੇ ਨਾਮ ਦੇ ਵਿੱਚ ਜਾਗਵੇ ਭਾਵ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਲੱਗ ਪਏ ਵਾਹਿਗੁਰੂ ਪਰਮੇਸ਼ਰ ਦੇ ਗਿਆਨ ਵਿੱਚ ਜੁੜ ਗਏ ਕਲਮਲ ਸੁਪਨਾ ਜਿਉਂ ਮਨ त्याਗੀ ਇਹ ਜਦ ਕਲਮਲ ਪਾਪਾਂ ਦੀ ਕਾਲੀ ਬੋਲੀ ਹਨੇਰੀ ਰਾਤ ਪਈ ਹੋਈ ਸੀ ਇਸ ਸੁਪਨੇ ਦੀ ਨਿਆਈ ਸਭ त्याਗ ਹੋ ਗਏ ਜਦੋਂ ਸੂਰਜ ਚੜ੍ਹਦਾ ਹੈ ਲੋਕੀ ਜਾਗ ਪੈਂਦੇ ਸੁਪਨੇ त्याਗ ਹੋ ਜਾਂਦੇ ਹਨ ਧਰਮ ਧਰਤ ਧੀਰਜ ਕੇ ਹੇਤਾ ਤੋ ਕਹਿੰਦੇ ਇਸ ਪ੍ਰਕਾਰ ਜਿਹੜਾ ਧਰਮ ਸੀ ਧਰਤੀ ਨੂੰ ਧੀਰਜ ਦੇਣ ਵਾਸਤੇ ਕਹਿੰਦੇ ਪ੍ਰਕਾਸ਼ ਹੋ ਗਿਆ ਪ੍ਰਗਟੇ ਸ੍ਰੀ 베ਦੀ ਕੁਲ ਕੇਤਾ 베ਦੀ ਕੁਲ ਦੇ ਕੇਤ ਨਿਸ਼ਾਨ ਰੂਪ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਹਉ ਪ੍ਰਗਟ ਹੋਏ ਸ੍ਰੀ ਬਾਲਾ ਸੁੰਦਰ ਬਾਚ ਦੋਹਰਾ ਬਾਲਾ ਜੀ ਸੰਧੂ ਗੋਤ ਵਾਲੇ ਅੱਜ ਕਥਨ ਕਰਦੇ ਹਨ ਦੋਹਰਾ ਕਾਰਨ ਗੁਰ ਅਵਤਾਰ ਕੋ ਕਵੀ ਜੀ ਕਹਿੰਦੇ ਨੇ ਵੀ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਧਾਰਨ ਦਾ ਕਾਰਨ ਕੀ ਸੀ ਕਹਿੰਦੇ ਉਸ ਦਾ ਮੈਂ ਬਿਆਨ ਕੀਤਾ ਹੈ ਹੁਣ ਮੈਂ ਵਰਨਿਓ ਚਿਤ ਲਾਈ ਮੈਂ ਚਿਤ ਪਲਾ ਕਰਕੇ ਮਨ ਜੋੜ ਕਰਕੇ ਇਕਾਗਰ ਹੋ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰਨ ਦਾ ਕਾਰਨ ਦੱਸਿਆ ਹੈ ਸੁਨੋ ਜਨਮ ਕੀ ਅਬ ਕਥਾ ਹੁਣ ਕਹਿੰਦੇ ਸਰਵਣ ਕਰੋ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰਨ ਕੀਤਾ ਉਹ ਸੁਣੋ ਸ੍ਰੀ ਅੰਗਦ ਸੁਖਦਾਈ ਤਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੁਖਨਾ ਦੇ ਦਾਤੇ ਸਤਿਗੁਰੂ ਜੀ ਸਰਵਣ ਕਰੋ ਚਉਪਈ ਬਾਰ ਦੇਸ਼ ਸਭ ਦੇਸ਼ ਨਰੇਸੂ ਕਹਿੰਦੇ ਜਿਹੜਾ ਬਾਰ ਦੇਸ਼ ਇਲਾਕਾ ਹੈ ਇਹ ਸਾਰੇ ਦੇਸ਼ਾਂ ਇਲਾਕਿਆਂ ਦਾ ਰਾਜਾ ਰੂਪ ਹੈ ਬਾਰ ਦਾ ਇਲਾਕਾ ਜਿਹੜਾ ਹੈ ਉਸ ਨੂੰ ਰਾਜੇ ਰੂਪ ਦੇ ਵਿੱਚ ਅਲੰਕਾਰ ਬਣਾ ਕੇ ਕਵੀ ਜੀ ਕਥਨ ਕਰਦੇ ਨੇ ਗ੍ਰਾਮ ਪ੍ਰਜਾ ਕੇ ਹਰਤ ਕਲਸੂ ਕਹਿੰਦੇ ਇਹ ਬਾਰ ਦਾ ਇਲਾਕਾ ਰਾਜਾ ਹੈ ਤੇ ਜਿਹੜੇ ਪਿੰਡ ਨੇ ਉਸ ਦੀ ਪਰਜਾ ਹੈ ਉਹਨਾਂ ਦੇ ਕਲੇਸ਼ਾਂ ਨੂੰ ਦੂਰ ਕਰਨ ਵਾਲਾ ਇਲਾਕਾ ਹੈ ਇਹ ਬਾਰ ਦਾ 에ਰਾਵਤੀ ਏਕ ਦਿਸ ਬਾਰੀ ਇੱਕ ਪਾਸੇ 에ਰਾਵਤੀ 라ਵੀ ਨਦੀ ਜਣੀ ਹੈ ਉਸ ਦਾ ਜਲ ਚਲਦਾ ਹੈ ਸੁੰਦਰ ਰੰਗ ਤਰੰਗ ਉਸਾਰੀ ਸੋਹਣੇ ਰੰਗ ਵਾਲੀਆਂ ਸੋਹਣੀਆਂ ਲਹਿਰਾਂ ਉਛਲਦੀਆਂ ਹਨ ਉਸ ਨਦੀ ਦੇ ਵਿੱਚ ਚਾਉ ਪਈ ਸੋਬਰ ਬਿੰਜਨ ਹੋਤ ਹੈ ਤਾਪੈ ਇਹ ਰਾਜਾ ਰੂਪ ਬਾਰ ਦੇਸ਼ ਦੇ ਵਿੱਚ ਜੜੀਆਂ 라ਵੀ ਨਦੀ ਦੇ ਦਰਿਆ ਦੇ ਵਿੱਚ ਲਹਿਰਾਂ ਜਲਦੀਆਂ ਉੱਠਦੀਆਂ ਨੇ ਇਹ ਚੌਰ ਹੋ ਰਿਹਾ ਇਸ ਰਾਜੇ ਤੇ ਇਲਾਕੇ ਤੇ ਨਿਰਪਤਾ ਕੋ ਲੱਛਣ ਛਬ ਥਾਪੇ ਤੇ ਇਹ ਸੋਹਣੇ ਰਾਜ ਭਾਗ ਦੇ ਲੱਛਣ ਨਿਸ਼ਾਨੀਆਂ ਨੂੰ ਟਿਕਾ ਰਹੀਆਂ ਨੇ ਲਹਿਰਾਂ ਜੜੀਆਂ ਨੇ ਇਸ ਪ੍ਰਕਾਰ 에ਰਾਵਤੀ ਦੀਆਂ ਚੰਦਰਪਗਾਦਿਸ ਦੋਇਤ ਸੁਹਾਈ ਦੁਤੀਏ ਕਹਿੰਦੇ ਦੂਜੇ ਪਾਸੇ ਚੰਦਰਪਹਾ ਚਨਾਹ ਨਦੀ ਜਿਹੜੀ ਇਸ ਪ੍ਰਕਾਰ ਚੱਲ ਰਹੀ ਹੈ ਮਾਲ ਤਰੰਗਨ ਸਵਸ ਉਠਾਈ ਉਹਦੇ ਵਿੱਚ ਸਵਛ ਬੜੀਆਂ ਉਜਲ ਤਰੰਗਨ ਲਹਿਰਾਂ ਦੀ ਮਾਲਾ ਉੱਠਦੀ ਹੈ ਲਹਿਰਾਂ ਦੀ ਮਾਲਾ ਜਿਹੜੀ ਇਸ ਪ੍ਰਕਾਰ ਲਗਾਤਾਰ ਜੋ ਓਛਲ ਰਹੀ ਹੈ ਤਾਂ ਪਰਹੋਤ ਚਮਰ ਛੱਬ ਭਾਰੀ ਉਹ ਇਸ ਬਾਰੂਪ ਇਲਾਕੇ ਰਾਜੇ ਦੇ ਉੱਪਰ ਸੋਣਾ ਕਹਿੰਦੇ ਇਸ ਪ੍ਰਕਾਰ ਜਿਹੜਾ ਨਾ ਮਾਨੂੰ ਕਹ ਚਮਰ ਚੌਰ ਢੂਲ ਰਿਹਾ ਹੈ ਮਹਿਮਾ ਮਹਾ ਜਨਾਵਨ ਕਾਰੀ ਬਣੀ ਹਰੀ ਇਸ ਇਲਾਕੇ ਦੀ ਮਹਿਮਾ ਨੂੰ ਜਨਾਉਣ ਵਾਲੀ ਚਨਾਬ ਨਦੀ ਚੱਲ ਰਹੀ ਹੈ ਸਦਾ ਸੁਕਾਲ ਸਸਨ ਕੋਸਾਲੀ ਸਦਾ ਵਾਸਤੇ ਸੋ ਇਸ ਪ੍ਰਕਾਰ ਸੋਹਣਾ ਸਸਨ ਖੇਤੀਆਂ ਵਾਸਤੇ ਸੁੰਦਰ ਸੋ ਸਮਾਂ ਦੇਣ ਵਾਲੀ ਹੈ ਇਹ ਨਦੀਆਂ ਜਿਹੜੀਆਂ ਨੇ ਤਹ ਦੁਕਾਲ ਕੀ ਕੌਣ ਉਚਾਲੀ ਇਥੇ ਕਹਿੰਦੇ ਦੁਕਾਲ ਜਿਹੜਾ ਖੋਟਾ ਕਾਲ ਪੈ ਜਾਂਦਾ ਉਸ ਦੀ ਖੋਟੀ ਚਾਲ ਹੋ ਹੀ ਨਹੀਂ ਸਕਦੀ ਕਿਉਂ ਜਿੱਥੇ ਨਦੀਆਂ ਦਾ ਜਲ ਧਰਤੀ ਨੂੰ ਲੱਗਦਾ ਹੋਵੇ ਉਥੇ ਕਾਲ ਨਹੀਂ ਪੈ ਸਕਦਾ ਹੈ ਸਪਤ ਈਤ ਕੋ ਭੀਤ ਨ ਪਾਵਾ ਕਹਿੰਦੇ ਇੱਥੇ ਖੇਤੀਆਂ ਨੂੰ ਸੱਤ ਪ੍ਰਕਾਰ ਦਾ ਡਰ ਹੁੰਦਾ ਹੈ ਸੋ ਕੁੰਗੀ ਪੈ ਜਾਣੀ ਚੂਹੇ ਨੇ ਖਾ ਜਾਣਾ ਬਿਮਾਰੀ ਪੈ ਜਾਣੀ ਸੋ ਪਾਣੀ بارش ਨਾ ਹੋਣੀ ਔੜ ਲੱਗ ਜਾਣੀ ਇਹੋ ਜੇ ਸੱਤ ਜਣੀਆਂ ਬਿਮਾਰੀਆਂ ਨੇ ਉਹਨਾਂ ਦਾ ਕੋਈ ਡਰ ਨਹੀਂ ਹੈ ਇੱਥੇ ਤਸਕਰ ਕੁਲ ਤਜ ਅਨਤ ਪਰਾਵ ਤੇ ਜਿਹੜੇ ਚੋਰ ਸਨ ਇਸ ਪ੍ਰਕਾਰ ਚੋਰਾਂ ਦੀ ਕੁੱਲ ਉਹ ਛੱਡ ਕਰਕੇ ਕਿਤੇ ਹੋਰ ਪਾਸੇ ਚਲੇ ਗਏ ਇਹ ਇਲਾਕੇ ਨੂੰ ਛੱਡ ਗਏ ਨੇ ਪਥਕ ਜਾਤ ਜਹ ਮਨ ਬਿਰਮਾਵ ਤੁਰੇ ਜਾਂਦੇ ਰਾਈਆਂ ਦਾ ਜਿਹੜਾ ਮਨ ਉਹ ਵੀ ਪਰਚ ਜਾਂਦਾ ਇਸ ਇਲਾਕੇ ਦੇ ਦਰਸ਼ਨ ਕਰਨ ਨੂੰ ਫੇਰ ਹਿਤੂ ਨਰ ਕੁਟੰਬ ਭੁਲਾਵਾ ਕਹਿੰਦੇ ਨੇ ਇਸ ਇਲਾਕੇ ਨੂੰ ਦੇਖ ਕਰਕੇ ਐਨਾ ਪਿਆਰ ਪੈਦਾ ਹੋਇਆ ਕਿ ਜਿਹੜੇ ਮਨੁੱਖ ਵਰਾਹੀ ਪਾਂਦੀ ਲੰਘਦੇ ਇਸ ਇਲਾਕੇ ਚੋਂ ਪਰਿਵਾਰ ਨੂੰ ਭੁੱਲ ਜਾਂਦੇ ਨੇ ਫਲ ਫੁੱਲਨ ਦਲਯਤ ਤਰ ਚਾਰੂ ਬੜੇ ਸੁੰਦਰ ਦਰਖਤ ਜਿਹੜੇ ਨੇ ਫਲਾਂ ਫੁੱਲਾਂ ਦੇ ਨਾਲ ਲੱਦੇ ਹੋਏ ਸੋਹਣੇ ਸਜਦੇ ਨੇ ਪਥਕ ਹੇਤ ਠਾਡੇ ਸੁਖ ਕਰੂ ਰਾਈਆਂ ਮੁਸਾਫਰਾਂ ਵਾਸਤੇ ਇਹ ਦਰਖਤ ਖੜੇ ਨੇ ਸੁਖ ਦੇਣ ਵਾਸਤੇ ਬਸਹਿ ਲੋਕ ਜਹੈ ਸੁਜਨ ਸੁਚਾਲੀ ਬੜੇ ਸੋਹਣੇ ਜਨ ਲੋਕ ਇਸ ਬਾਰ ਦੇ ਇਲਾਕੇ ਵਿੱਚ ਵਸਦੇ ਹਨ ਸੁਖੀ ਹਨ ਦਇਆ ਧਰਮ ਕੇ ਜੇ ਪ੍ਰਤ ਪਾਲੀ ਜਿਹੜੇ ਧਰਮ ਤੇ ਦਇਆ ਨੂੰ ਪਾਲਣ ਵਾਲੇ ਹਨ ਆਏ ਗਏ ਰਾਹੀ ਮੁਸਾਫਰਾਂ ਨੂੰ ਪ੍ਰੇਮ ਨਾਲ ਹੱਥ ਜੋੜ ਕੇ ਲੰਗਰ ਪ੍ਰਸ਼ਾਦੀ ਸੇਵਾ ਕਰਨ ਵਾਲੇ ਲੋਕ ਹਨ ਅਥਿਤ ਸੇਵ ਮਹ ਜਿਨ ਮਨ ਰਤ ਜਿਹਨਾਂ ਦਾ ਮਨ ਇਸ ਰੰਗਿਆ ਹੋਇਆ ਵੀ ਕੋਈ ਸਾਧੂ ਮਹਾਤਮਾ ਜਾਂ ਅਥਿਤ ਕੋਈ ਵੀ ਰਾਹੀ ਮੁਸਾਫਰ ਆਵੇ ਉਹਦੀ ਸੇਵਾ ਕਰਕੇ ਖੁਸ਼ੀ ਨਹੀਂ ਹੈ ਇਹੋ ਜਿਹੇ ਮਨ ਵਾਲੇ ਲੋਕ ਵਸਦੇ ਇੱਥੇ ਗੁਣ ਗਰਾਹੀ ਸਭ ਵਿਦਿਆ ਗਿਆਤ ਕਹਿੰਦੇ ਨੇ ਇਹ ਤੇ ਇੱਕ ਤਾਂ ਗੁਣਾਂ ਨੂੰ ਗ੍ਰਹਿਣ ਕਰਨ ਵਾਲੇ ਨੇ ਤੇ ਸਾਰੀਆਂ ਵਿਦਿਆ ਨੂੰ ਜਾਣਨ ਵਾਲੇ ਇਹ ਲੋਕ ਹਨ ਇੱਥੋਂ ਦੇ ਉਪਜਹਿ ਜਹ ਤੁਰੰਗ ਬਹੁ ਸੁੰਦਰ ਫਿਰ ਇਸ ਬਾਰ ਦੇ ਇਲਾਕੇ ਚ ਬੜੇ ਸੁੰਦਰ ਸੁੰਦਰ ਘੋੜੇ ਪੈਦਾ ਹੁੰਦੇ ਹਨ ਬਲੀ ਤਰਲਤਾ ਗੁਣ ਕੇ ਮੰਦਰ ਗੁਣਾ ਦੇ ਮੰਦਰ ਖਜ਼ਾਨੇ ਹੁੰਦੇ ਨੇ ਬੜੇ ਬਲੀ ਬਲ ਵਾਲੇ ਤੇ ਤਰਲਤਾ ਬਣੀ ਚੰਚਲਤਾ ਤੇਜ਼ੀ ਨਾਲ ਚੱਲਣ ਵਾਲੇ ਘੋੜੇ ਪੈਦਾ ਹੁੰਦੇ ਨੇ ਸੋਹਣੀ نسل ਦੇ ਔਰ ਪਸ਼ੂ ਬਹੁ ਸੁਭਗ ਸੋ ਜਾਤੀ ਹੋਰ ਵੀ ਬਹੁਤ ਸਾਰੇ ਪਸ਼ੂ ਸੋਹਣੀ ਜਾਤੀ ਵਾਲੇ ਜਿਹੜੇ ਹਨ ਨਿਕੀ ਖਾਨ ਕੀਨ ਵਿਦ ਖਿਆਤੀ ਖਿਆਤੀ ਪ੍ਰਗਟ ਹੀ ਮਿਤ ਵਿਧਾਤਾ ਨੇ ਮਾਨੋ ਕਿ ਉਹਨਾਂ ਦੀ ਖਾਨ ਹੀ ਇਹ ਇਲਾਕਾ ਬਣਾਇਆ ਹੋਇਆ ਹੈ ਜੋ ਅਸ ਦੇਸ਼ ਰੁਚਿਤ ਬਰ ਸਗਰਾ ਉਹ ਕਹਿੰਦੇ ਜਿਹੜਾ ਐਹੋ ਜਿਹਾ ਦੇਸ਼ ਹੈ ਸੋ ਸਾਰਾ ਹੀ ਜਿਹੜਾ ਇਸ ਰੁਚਿਤ ਬੜਾ ਹੀ ਸੁੰਦਰ ਹੈ ਜੋ ਭਰਤ ਖੰਭ ਮਹ ਸੁਭਤ ਉਜਗਰਾ ਇਹ ਭਰਤ ਖੰਡ ਦੇ ਵਿੱਚ ਭਾਰਤ ਖੰਡ ਵਿੱਚ ਇਹ ਸੋਹਣਾ ਪ੍ਰਗਟ ਹੈ ਜਿਹਨਾਂ ਦੀ ਇਹੋ ਜਿਹੀ ਸੁੰਦਰ ਰੁਚੀ ਹੈ ਚੌਪਈ ਤਿਹ ਮਹਤ ਤਲਵੰਡੀ ਭਲ ਨਗਰੀ ਉਹ ਐਹੋ ਜਹੇ ਬਾਰ ਦੇਸ਼ ਦੇ ਇਲਾਕੇ ਦੇ ਵਿੱਚ ਰਾਏ ਭੋਇ ਦੀ ਤਲਵੰਡੀ ਇੱਕ ਸੋਹਣੀ ਨਗਰੀ ਹੈ ਚਾਰ ਵਰਨ ਕਰ ਪੂਰਤ ਸਗਰੀ ਜੋ ਚਾਰ ਵਰਨਾਂ ਦੇ ਨਾਲ ਹੀ ਪੂਰਨ ਹੋਈ ਹੈ ਸਾਰੀ ਚਾਰੇ ਵਰਨ ਖੱਤਰੀ ਬ੍ਰਾਹਮਣ ਸੂਦ ਵੈਸ਼ੇ ਦੇ ਵਿੱਚ ਰਹਿੰਦੇ ਆ ਜਿਹਕੇ ਚੌ ਦਿਸ ਬਾਗ ਸੁਹਾਵਾ ਜਿਹਦੇ ਚਾਰ ਚ ਫੇਰੇ ਸੋਹਣਾ ਸੁੰਦਰ ਬਾਗ ਫੱਬਦੇ ਹਨ ਕੁਸਮ ਬਾਟ ਕਾ ਬਹੁ ਸ਼ਬ ਪਾਵਾ ਤੇ ਫੁੱਲਾਂ ਦੀਆਂ ਬਗੀਚੀਆਂ ਜਣੀਆਂ ਨੇ ਬਹੁਤ ਸੋਭਾ ਪਾ ਰਹੀਆਂ ਹਨ ਨਗਰ ਕੋਟ ਡਿੱਡ ਬਨਿਓ ਉਤੰਗਾ ਤੇ ਚਾਰ ਚਫੇਰੇ ਰਾਏ ਭੋਇ ਦੀ ਤਲਵੰਡੀ ਦੇ ਸੋ ਕਿਲਾ ਬਣਿਆ ਹੋਇਆ ਬਹੁਤ ਉੱਚੀ ਚਾਰਛਰੇ ਫਸਿਲ ਕੰਢੀ ਹੋਈ ਹੈ ਮਤਸਰ ਧਰਤਾ ਜੋ ਗਿਰ ਸੰਗਾ ਜੋ ਪਹਾੜਾਂ ਦੇ ਨਾਲ ਮਤਸਰ ਬਰਾਬਰੀ ਕਰਨ ਦੀ ਇੱਛਾ ਕਰਦਾ ਹੈ ਬਹੁਤ ਉੱਚੀ ਸਫੀਲ ਹੈ ਅਟਾ ਘਟਾ ਸੰਗ ਕਰਤ ਵਿਸਾਲ ਹੁਣ ਇਹਦੇ ਅੰਦਰ ਜਿਹੜੀਆਂ ਅਟਾਰੀਆਂ ਨੇ ਭਾਵ ਜਿਹੜੇ ਇਸ ਪ੍ਰਕਾਰ ਮਕਾਨ ਬਣੇ ਹੋਏ ਨੇ ਉਹ ਬਦਲਾ ਨਹੀਂ ਘਟਾ ਦੇ ਨਾਲ ਗੱਲਾਂ ਕਰਦੀਆਂ ਨੇ ਬਹੁਤ ਉੱਚੀਆਂ ਹਨ ਮਨਹੁ ਨਿਰੋਧਨ ਕੀ ਹੈ ਆਸਾ ਹੀ ਹੈ ਆਸਾ ਮੰਨੋ ਕਿ ਬਦਲਾ ਨੂੰ ਹੀਏ ਆਸਾ ਹਿਰਦੇ ਵਿੱਚ ਬਦਲਾ ਨੂੰ ਰੋਕਣ ਦੀ ਆਸਾ ਧਾਰਨ ਕਰਦੀਆਂ ਹਨ ਆਟਾਰੀਆਂ ਮਕਾਨ ਜਿਹੜੇ ਸੁੰਦਰ ਹਨ ਮੰਦਰ ਜੈ ਸੁੰਦਰ ਸਭ ਪਾਈ ਜਿੱਥੇ ਮੰਦਰ ਮਕਾਨ ਜਿਹੜੇ ਨੇ ਬੜੇ ਹੀ ਸੁੰਦਰ ਸੋਭਾ ਵਾਲੇ ਹਨ ਸਰਬ ਰਤਨ ਮਹਿ ਜੇ ਸੁਖਦਾਈ ਜਿਹੜੇ ਮਕਾਨ ਨੇ ਸਾਰੀਆਂ ਰੁੱਤਾਂ ਵਿੱਚ ਸੁਖ ਦੇਣ ਵਾਲੇ ਹਨ ਅਸ਼ਟ ਪਦ ਸਮ ਬਿਪਨੀ ਪੂਰੀ ਇਸ ਪ੍ਰਕਾਰ ਜਿਹੜੀਆਂ ਦੁਕਾਨਾਂ ਨੇ ਉਹ ਕਹਿੰਦੇ ਜਿਵੇਂ ਚੌਪੜੀ ਹੁੰਦਾ ਹੈ ਇਸ ਤਰ੍ਹਾਂ ਦੇ ਬਾਜ਼ਾਰ ਬਣੇ ਹੋਏ ਸੋਹਣੀਆਂ ਬਿਪਰੀ ਦੁਕਾਨਾਂ ਸੋਹਣੀਆਂ ਫੱਬਦੀਆਂ ਹਨ ਬਨਦ ਸੌਜ ਸੌ ਆਪਨ ਪੂਰੀ ਆਪਨ ਹਟੀਆਂ ਜੜੀਆਂ ਨੇ ਸੋ ਕਹਿੰਦੇ ਨੇ ਵਪਾਰ ਦੇ ਸੌਦੇ ਨਾਲ ਭਰੀਆਂ ਹੋਈਆਂ ਨੇ ਸ੍ਰੀ ਨਾਨਕ ਆਗਮ ਕੇ ਹੇਤੂ ਧੰਨ ਸਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਗਮਨ ਆਉਣ ਦੀ ਖੁਸ਼ੀ ਦੇ ਵਾਸਤੇ ਰਚਿਓ ਸੁਰਗ ਵਿਦ ਸੁਖ ਸੰਕੇਤੂ ਮਨੁਕਮ ਬੜੇ ਸੁਖ ਦੇ ਨਾਲ ਸੁਭਿਦਾਤਾ ਨੇ ਇਸ ਪ੍ਰਕਾਰ ਇਹ ਸਵਰਗ ਹੀ ਬੜਾਇਆ ਹੋਇਆ ਅਲਾਕਾ ਸੋਹਣਾ ਹੈ ਸੁਰਬੀ ਖੀਰ ਪਯੁਖ ਸਮਾਨਾ ਉਹ ਕਹਿੰਦੇ ਸਰਬੀ ਜਿਹੜੀਆਂ ਗਊਆਂ ਨੇ ਖੀਰ ਖੀਰ ਦੁੱਧ ਪਯੁਖ ਸਮਾਨਾ ਪਯੁਖ ਮੈਨੇ ਅੰਮ੍ਰਿਤ ਵਾਂਦੇ ਬਰਾਬਰ ਸੁਦਰਸ਼ ਦੁੱਧ ਦਿੰਦੀਆਂ ਨੇ ਗਊਆਂ ਸੋਰ ਸਮ ਸੁੰਦਰ ਮਨਜ ਸੁਜਾਨਾ ਤੇ ਸਿਆਣੇ ਮਨੁੱਖ ਨੇ ਦੇਵਤਿਆਂ ਵਰਗੇ ਇਸ ਨਗਰੀ ਦੇ ਜਿਹकी ਰਚਨਾ ਹੀਰ ਬਿਚਿਤਰਾ ਜਿਸ ਦੀ ਇਸ ਅश्चਰਜ ਰਚਨਾ ਨੂੰ ਵੇਖ ਕਰਕੇ ਵਿਸ਼ਕਰਮਾ ਹੋਇਓ ਚਿੱਤ ਚਿਤਰਾ ਕਹਿੰਦੇ ਵਿਸ਼ਕਰਮਾ ਵੀ ਚਿੱਤ ਵਿੱਚ ਹੈਰਾਨ ਹੁੰਦਾ ਭੀ ਇਹੋ ਜੀ ਨਗਰੀ ਮੈਂ ਵੀ ਨਹੀਂ ਜੜੀ ਬਣਾ ਸਕਦਾ ਹਾਂ ਐਸੀ ਕਹਿੰਦੇ ਬਧਾਤਾ ਨੇ ਸੁੰਦਰ ਨਗਰੀ ਬਣਾਈ ਰਾਏ ਪਹੁੰਦੀ ਤਲਵੰਡੀ ਸਰਤ ਪਾਠੀ ਹੋਤੀ ਤਤ ਹਿੱਤ ਤਤ ਵੇਤੂ ਤਾਂ ਇੱਥੇ ਲੋਕ ਕਿੱਦਾਂ ਦੇ ਨੇ ਕਹਿੰਦੇ ਸ੍ਰਤ ਪਾਠੀ ਵੇਦਾਂ ਦੇ ਪਾਠੀ ਨੇ ਧਰਮੀ ਲੋਕ ਹਨ ਇਸ ਪਰ ਹੋਤੀ ਫਿਰ ਹਵਨ ਕਰਨ ਵਾਲੇ ਸਾਰੀਆਂ ਵਿਧੀਆਂ ਜਾਣਦੇ ਨੇ ਤਤ ਵੇਤੂ ਤਤ ਬ੍ਰਹਮ ਦੇ ਵੇ ਤੂੰ ਜਾਣੂ ਹਨ ਗਿਆਨਵਾਨ ਲੋਕ ਇੱਥੇ ਵੱਸਦੇ ਨੇ ਖਟ ਕਰਮੀ ਕਿਤ ਕੈਵਲ ਹੇਤੂ ਛੇ ਕਰਮਾਂ ਨੂੰ ਕਰਨ ਵਾਲੇ ਨੇ ਕੇਵਲ ਹੇਤੂ ਕੇਵਲ ਮੁਕਤੀ ਦੀ ਪ੍ਰਾਪਤੀ ਵਾਸਤੇ ਜਗ ਕਰਨਾ ਕਰਾਉਣਾ ਵਿਦਿਆ ਪੜਨੀ ਪੜਾਉਣੀ দান ਦੇਣਾ ਲੈਣਾ ਅਤੇ ਇਸ ਤਰ੍ਹਾਂ ਦੇ ਹੋਰ ਵੀ ਖਟ ਕਰਮ ਜੜੇ ਛੇ ਕਰਮ ਇਹਨਾਂ ਦੇ ਮੰਨੇ ਹਨ ਉਹਨਾਂ ਉਧਾਰਨ ਵਾਲੇ ਲੋਕ ਹਨ ਇਹ ਅਸ ਦਿਜ ਵਰ ਜਹ ਬਸੇ ਸੁਖਾਰੀ ਐਹੋ ਜੇ ਬ੍ਰਾਹਮਣ ਲੋਕ ਬੜੇ ਸੌਕੇ ਇਸ ਨਗਰੀ ਵਿੱਚ ਵੱਸਦੇ ਨੇ ਖਤਰੀ ਧਰਮ ਤੁਝ ਹਿਤ ਧਾਰੇ ਤੇ ਜਿਹੜੇ ਖਤਰੀ ਨੇ ਧਰਮ ਦੀ ਤੁਝਾ ਬਣ ਕਰਕੇ ਬੜਾ ਹਿਤ ਧਾਰ ਕਰਕੇ ਇਥੇ ਟਿਕੇ ਰਹੇ ਟਿਕੇ ਹੋਏ ਨੇ ਬਨਕ ਧਨੀ ਕਿਰਤ ਬਨਜ ਬਨੀਤਾ ਬੜੀ ਨੀਤੀ ਦੇ ਸਹਤ ਬਾਣੀਏ ਲੋਕ ਜਿਹੜੇ ਨੇ ਸੋਨਾ ਵਪਾਰ ਕਰਨ ਵਾਲੇ ਲੋਕ ਵਸਦੇ ਹਨ ਬਾਤ ਕੁਸਲ ਬੇਦਨ ਪਥ ਪ੍ਰੀਤਾ ਇਸ ਪ੍ਰਕਾਰ ਸ ਬੜੇ ਕੁਸਲ ਨੇ ਵੇਦਾਂ ਦੇ ਅਨੁਸਾਰ ਸੁੰਦਰ ਧਰਮ ਨੂੰ ਧਾਰਨ ਕਰਨ ਵਾਲੇ ਜਿਹੜੇ ਨੇ ਸੋ ਧਰਮ ਦੇ ਵਿੱਚ ਪ੍ਰੀਤ ਕਰਨ ਵਾਲੇ ਲੋਕ ਹਨ ਚਾਉ ਪਈ শূਦਰ ਸਭਨ ਕੀ ਸੇਵ ਕਰੇ শূਦਰ ਜਿਹੜੇ ਨੇ ਉਹ ਸਾਰਿਆਂ ਦੀ ਪ੍ਰੇਮ ਨਾਲ ਸੇਵਾ ਕਰਦੇ ਹਨ ਨਿਪਨਕਾਰ ਨਿਜ ਨਿਜ ਮਹਤੇਈ ਇਹ ਸਾਰੇ ਹੀ ਆਪੋ ਆਪਣੇ ਕੰਮ ਦੇ ਵਿੱਚ ਸਾਰੇ ਕੁਸ਼ਲ ਨੇ ਬ੍ਰਾਹਮਣ ਆਪਣੇ ਵਿੱਚ ਖੱਤਰੀ ਵੈਸ਼ ਤੇ শূਦਰ ਆਪੋ ਆਪਣੇ ਸੋ ਕਰਮ ਦੇ ਵਿੱਚ ਕੰਮ ਦੇ ਵਿੱਚ ਸਾਰੇ ਹੀ ਇਸ ਪਰ ਮਹਰ ਹਨ ਨਰ ਅਰੋਗਤਾ ਜਤ ਕੁਸ਼ਲਾਤਾ ਜਿੰਨੇ ਵੀ ਮਨੁੱਖ ਨੇ ਤੰਦਰੁਸਤ ਨੇ ਤੇ ਕੁਸਲਾਤਾ ਸੁਖ ਸ਼ਾਂਤੀ ਦੇ ਸਹਿਤ ਹਨ ਵੈਦਿਕ ਪਠਹਿ ਹੇਤ ਸਭ ਗਿਆਤ ਤੋ ਸਾਰੇ ਇਸ ਪ੍ਰਕਾਰ ਵੇਦਾਂ ਆਦਿਕ ਨੂੰ ਧਰਮ ਨੂੰ ਪੜਦੇ ਸੁਣਦੇ ਨੇ ਗਿਆਨ ਨੂੰ ਅਤੇ ਇਸ ਪ੍ਰਕਾਰ ਬੜੇ ਪ੍ਰੇਮ ਦੇ ਨਾਲ ਸੋ ਇਸ ਪ੍ਰਕਾਰ ਧਰਮ ਨੂੰ ਪ੍ਰੇਮ ਕਰਨ ਵਾਲੇ ਹਨ 베ਦੀ ਵੰਸ ਬਸਹਿ ਧਨ ਧਾਰੀ ਇਥੇ 베ਦੀ ਵੰਸ ਖੱਤਰੀਆਂ ਵਿੱਚ ਵਸਦੀ ਹੈ ਧਨੁਖ ਧਾਰੀ ਸੋ ਸ਼ਾਸਤਰਾਂ ਨੂੰ ਧਾਰਨ ਕਿਉਂਕਿ ਖੱਤਰੀ ਤੋਂ ਭਾਵ ਹੈ ਖੱਤਰੀ ਪ੍ਰਾਤਨ ਨਾਮ ਹੈ ਕਾ ਛਤਰੀ ਕਹਿੰਦੇ ਜਿੱਦਾਂ ਫੌਜੀ ਲੋਕ ਨੇ ਸ਼ਸਤਰਧਾਰੀ ਹਨ ਜੁਦ ਬੇਦ ਕਾ ਜਿਨਹ ਸੁਧਾਰੀ ਜਿਨ੍ਹਾਂ ਨੇ ਪ੍ਰਾਤਨ ਸਮੇਂ ਵਿੱਚ ਸੋ ਜੰਗ ਕਰਨ ਨੂੰ ਹੀ 베ਦੀ ਜਿਹੜਾ ਇਹ ਸਮਝਿਆ ਹੋਇਆ ਹੈ ਤੁੰਡ ਕਾਲ ਕਾ ਪਾਵਕ ਕੁੰਡਾ ਤੇ ਜਿਹੜੀ ਇਸ ਪ੍ਰਕਾਰ ਸੋ ਕਾਲ ਕਾ ਸ਼ਕਤੀ ਹੈ ਉਸ ਦਾ ਤੁੰਡ ਮੂੰਹ ਜਿਹੜਾ ਇਹਨਾਂ ਦਾ ਇਸ ਅੱਗ ਦਾ ਕੁੰਡਾ ਹੈ ਹਮਨ ਕਰਨ ਵਾਸਤੇ ਜਗ ਬੰ ਥੰਬ ਸੇ ਸੋਭਤ ਝੰਡਾ ਤੇ ਇਹੋ ਹੀ ਇਹਨਾਂ ਦਾ ਜਗ ਜਿਹੜਾ ਇਸ ਪ੍ਰਕਾਰ ਸੋ ਇਸ ਪ੍ਰਕਾਰ ਥੰਬ ਦੀ ਨਿਆਈ ਸੋ ਇਹਨਾਂ ਦਾ ਝੰਡਾ ਇਹੀ ਹੈ ਸੋ ਇਸ ਪ੍ਰਕਾਰ ਜਿਹੜਾ ਜਗ ਕਰਨਾ ਇਹ ਥੰਬ ਹੈ ਤੇ ਕਹਿੰਦੇ ਇਹਦੇ ਵਿੱਚ ਸੋ ਇਸ ਪ੍ਰਕਾਰ ਜਿਹੜਾ ਕਾਲਕਾ ਦਾ ਮੂੰਹ ਹੈ ਇਉਂ ਹੀ ਇਹਨਾਂ ਦਾ ਕੁੰਡ ਅਗਨਕੁੰਡ ਬਣਿਆ ਹੋਇਆ ਹੈ ਤੇ ਜੁਧ ਕਰਨਾ ਸ਼ਸਤਰਾਂ ਦੇ ਨਾਲ ਇਸ ਪ੍ਰਕਾਰ ਇਉਂ ਹੀ ਇਹਨਾਂ ਦੀ ਬੇਦੀ ਰਚੀ ਹੋਈ ਹੈ ਕਿਰਪਨ ਸਮ ਕਾਤੁਰਤਾ ਖੋਈ ਤੇ ਜਿਵੇਂ ਸੂਮ ਆਦਮੀ ਦੀ ਨਿਆਈ ਇਹਨਾਂ ਨੇ ਕਾਤਰਤਾ ਕਾਇਰਪੁਣਾ ਦੂਰ ਕੀਤਾ ਤੇ ਬਹਾਦਰ ਹਨ ਸਾਰੇ ਕਰਵਾਰਨ ਕੇ ਕੀਨ ਸਰੋਏ ਇਹਨਾਂ ਨੇ ਕਰਵਾਰ ਤਲਵਾਰਾਂ ਦੇ ਹੀ ਸਰੋਏ ਬੜਾਈ ਚਮਚੇ ਬੜਾਏ ਨੇ ਹਉਤੀ ਪਾਉਣ ਵਾਸਤੇ ਦਿਸਟ ਮੇਖ ਦੀਨ ਆਹੂਤੀ ਤੇ ਭਾਈ ਇਸ ਪ੍ਰਕਾਰ ਦੁਸ਼ਟਾਂ ਲੋਕਾਂ ਦਾ ਸੋ ਮਾਸ ਜਿਹੜਾ ਹੈ ਮੈਦਾਨੇ ਜੰਗ ਵਿੱਚ ਤਲਵਾਰਾਂ ਚਲਾ ਕੇ ਵੜਨਾ ਇਹੋ ਹੀ ਆਹੂਤੀ ਦਿੱਤੀ ਹੈ ਇਸ ਜਗ ਜਗ ਮੇਦੀ ਵਿੱਚ ਜਹ ਸਰਪੀ ਸਰੋਣਤ ਸੰਜੂਤੀ ਤੇ ਘੋਦ ਥਾ ਇਨਾਂ ਤਲਵਾਰਾਂ ਦੇ ਚਮਚੀਆਂ ਨਾਲ ਕਹਿੰਦੇ ਦੁਸ਼ਟਾਂ ਦਾ ਖੂਨ ਹੀ ਪਾਇਆ ਹੋਇਆ ਹੈ ਹੋ ਜੀ ਜੰਗ ਮੰਡ ਦੇ ਨੇ ਇਸ ਪ੍ਰਕਾਰ ਤੋ ਐਹੋ ਜੇ ਇਹ ਖੱਤਰੀ ਵੰਸ ਰਹਿੰਦੀ ਬੇਦੀਆਂ ਦੀ ਅਸ ਬੇਦੀ ਵਾਸੀ ਤਲਵੰਡੀ ਐਹੋ ਜੇ ਬੇਦੀ ਤਲਵੰਡੀ ਵਿੱਚ ਵਸਦੇ ਹਨ ਜਿਨ ਕੀ ਬਹੁ ਕੀਰਤ ਜਗ ਮੰਡੀ ਜਿਨਾਂ ਦੀ ਕੀਰਤੀ ਸੰਸਾਰ ਦੇ ਵਿੱਚ ਮੰਡੀ ਭੂਖਸ਼ਤ ਹੋਈ ਹੈ ਸਜੀ ਹੋਈ ਹੈ ਤਿਰੰਗ ਕਾਲ ਤਹ ਰਹਿਤ ਬਿਤਾਈ ਇੱਥੇ ਰਹਿ ਕਰਕੇ ਬਹੁਤ ਸਮਾਂ ਇਹਨਾਂ ਨੇ ਗੁਜ਼ਾਰਿਆ ਹੈ ਇਸ ਨਗਰੀ ਵਿੱਚ ਭਾ சிவਰਾਮ ਤਾਸ ਕੁਲ ਮਾਹੀ ਉਹਨਾਂ ਦੀ ਕੁਲ ਦੇ ਵਿੱਚ ਸ਼ਿਵਰਾਮ ਜੀ ਹੋਏ ਹਨ ਪਹਿਲਾਂ ਬ੍ਰਤ ਸਾਤ ਕੀ ਜਨਮਨ ਕੀਨੀ ਹੁਣ ਇਹਨਾਂ ਨੇ ਸ਼ਾਂਤ ਕੀ ਬਿਰਤੀ ਧਾਰਨ ਕੀਤੀ ਹੋਈ ਆ ਕੋਲ ਤਾਂ ਇਹਨਾਂ ਨੇ ਇੱਕ ਛੱਤ ਨਹੀਂ ਆ ਦੇ ਸ਼ਸਤਰ ਧਾਰੀਆਂ ਨਹੀਂ ਸ਼ਿਵਰਾਮ ਜੀ ਹੁਣਾਂ ਨੇ ਸ਼ਾਂਤ ਕੀ ਬਿਰਤੀ ਧਾਰਨ ਕੀਤੀ ਹੋਈ ਆ ਜੀਵ ਰਜ ਤਮ ਕੀ ਤਜ ਦੀਨੀ ਇਹਨਾਂ ਨੇ ਰਜੋ ਗੁਣ ਤੇ ਤਮੋ ਗੁਣ ਦੀ ਉਪਜੀਵਕਾ ਛੱਡ ਦਿੱਤੀ ਐ ਹੋਏ ਅਹਿੰਸ ਅਜੁੱਧ ਕਰ ਛੋਰੀ ਇਹਨਾਂ ਨੇ ਆ ਜੁੱਧ ਹੱਥ ਵਿੱਚ ਹਥਿਆਰ ਫੜਨੇ ਛੱਡ ਦਿੱਤੇ ਹਨ ਸ਼ਾਂਤ ਕੀ ਮਰਤੀ ਨੂੰ ਧਾਰ ਲਿਆ ਹੈ ਸ੍ਰੀਪਤ ਕੇ ਪਦ ਪਦਮ ਨਿਹੋਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੇ ਚਰਨਾਂ ਕਮਲਾਂ ਨੂੰ ਮਨਾਉਂਦੇ ਹਨ ਸਿਮਰਨ ਕਰਦੇ ਹਨ ਤਿਹ ਬਨਾਰਸੀ ਨਾਮ ਸੁਤੀਆ ਇਹਨਾਂ ਦੇ ਘਰ ਵਾਲੀ ਧਰਮ ਸੁਪਤਨੀ ਜਿਹਨਾਂ ਦਾ ਨਾਮ ਬਨਾਰਸੀ ਹੈ ਪਤ ਬ੍ਰਤ ਧਰਮ ਜਾਸ ਦਿੱਡ ਕੀਆ ਜਿਨ੍ਹਾਂ ਨੇ ਪਤੀ ਵਰਤਾ ਧਰਮ ਨੂੰ ਪੱਕਾ ਕੀਤਾ ਹੋਇਆ ਹੈ ਜੀ ਤਿੰਨ ਸਤ ਜੁਗ ਭੈ ਸਚਾਲੂ ਇਹਨਾਂ ਤੋਂ ਕਹਿੰਦੇ ਦੋ ਸੁਪੁੱਤਰ ਪੈਦਾ ਹੋਏ ਸੋਹਣੀ ਮਰਯਾਦਾ ਵਾਲੇ ਵੱਡ ਕਾਲੂ ਛੋਟੇ ਸੁਭ ਲਾਲੂ ਵੱਡੇ ਮਹਿਤਾ ਕਾਲੂ ਕਲਿਆਣ ਚੰਦ ਜੀ ਹਨ ਛੋਟੇ ਲਾਲ ਚੰਦ ਜੀ ਹਨ ਵੱਡ ਭਾਗੀ ਜੋ ਹੈ ਸੁਭ ਕਰਮੀ ਇਹ ਵੱਡੇ ਭਾਗਾ ਵਾਲੇ ਸੋਹਣੇ ਕਰਮ ਕਰਨ ਵਾਲੇ ਹਨ ਭਗਤ ਪરાਯਨ ਨਿਸ਼ਚਲ ਨਿਸ਼ਚਲ ਧਰਮੀ ਤੋਂ ਬੜੇ ਅਚਲ ਧਰਮੀ ਹਨ ਤੋਂ ਭਗਤੀ ਦੇ ਆਸਰੇ ਰਹਿਣ ਵਾਲੇ ਹਨ ਜਪ ਤਪ ਬ੍ਰਤ ਨੇਮ ਸੰਦਾਈ ਜਪ ਤਪ ਕਰਨਾ ਬ੍ਰਤ ਤੇ ਨੇਮ ਨਿਜਮ ਰੱਖਣੇ ਧਰਮ ਦੇ ਸਾਰਿਆਂ ਨੂੰ ਧਾਰਦੇ ਹਨ ਇਹ ਕਰਤ ਬਹੁਤ ਜਿਹ ਜਨਮ ਬਿਤਾਈ ਇਸ ਤਰ੍ਹਾਂ ਦੇ ਨਿਜਮ ਤੇ ਤਪੱਸਿਆ ਕਰਦਿਆਂ ਕਈ ਜਨਮ ਗੁਜ਼ਾਰੇ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਕਈ ਜਨਮ ਜਨਮ ਚ ਤਪ ਸਾਧਿਆ ਇਹਨਾਂ ਨੇ ਚਉਪਈ ਅਨਕ ਜਨਮ ਕੀ ਇੱਛਾ ਜਾਸੂ ਜਿਨ੍ਹਾਂ ਦੇ ਮਨ ਵਿੱਚ ਕਈ ਜਨਮਾਂ ਦੀ ਇਹ ਇੱਛਾ ਸੀ ਵਿਸ਼ਨ ਹੋਏ ਸੁਤ ਗਿਆਨ ਨਿਵਾਸ ਤੋ ਗਿਆਨ ਦੇ ਘਰ ਅਕਾਲ ਪੁਰਖ ਪਰਮੇਸ਼ਵਰ ਜੀ ਵਿਸ਼ਨ ਜੋ ਵਿਚ ਸੰਸਾਰ ਦੀ ਅਨਚੇਸ਼ਟਾ ਕਰਾਉਣ ਵਾਲਾ ਅਕਾਲ ਪੁਰਖ ਹੈ ਜੋ ਉਹ ਸਾਡੇ ਘਰ ਵਿੱਚ ਪੁੱਤਰ ਬਣ ਕੇ ਜਨਮੇ ਹਿਦੈ ਕਰਤ ਸੰਕਲਪ ਵਿਕਲਪਾ ਕਈ ਪ੍ਰਕਾਰ ਦੇ ਸੰਕਲਪ ਤੇ ਵਿਕਲਪ ਫੁਰਨੇ ਮਨ ਵਿੱਚ ਕਰਦੇ ਸਨ ਇਹ ਭਗਤ ਅਧੀਨ ਰਿਜੈ ਗੁਣ ਅਲਪਾ ਕਿ ਥੋੜਿਆਂ ਗੁਣਾ ਤੇ ਭਗਤੀ ਦੇ ਅਧੀਨ ਹੋ ਕਰਕੇ ਪਰਮੇਸ਼ਰ ਖੁਸ਼ ਹੋ ਜਾਂਦਾ ਹੈ ਇਹ ਮਨ ਵਿੱਚ ਵਿਚਾਰ ਕਰਦੇ ਕਰਦੇ ਕਈ ਜਨਮ ਤਪ ਸਾਧਿਆ ਜੇ ਮੁਝ ਲਖਹਿ ਦੀਨ ਗੁਣ ਨਹੀਂ ਜੇਕਰ ਮਨ ਵਿੱਚ ਵਿਚਾਰ ਕਰਦੇ ਨੇ ਕਹਿੰਦੇ ਜੇ ਅਗਰ ਉਹ ਮਾਲਕ ਜੀ ਮੈਨੂੰ ਸਮਝਣ ਕਿ ਮੈਂ ਦੀਨ ਗਰੀਬ ਆ ਮੇਰੇ ਵਿੱਚ ਕੋਈ ਗੁਣ ਨਹੀਂ ਹੈ ਤਾਂ ਭਏ ਸਖ ਸੋ ਸੁકરી ਸਫਰੀ ਮਾਹੀ ਤਾਂ ਕਹਿੰਦੇ ਨੇ ਫੇਰ ਮੇਰੇ ਮਾਲਕ ਤੁਸੀਂ ਕਹਿੰਦੇ ਸ਼ੂਕਰੀ ਸ਼ੂਰ ਦੇ ਘਰ ਤੇ ਇਸ ਪ੍ਰਕਾਰ ਸਫਰੀ ਮੱਛੀ ਦੇ ਘਰ ਵਿੱਚ ਤੁਸੀਂ ਅਵਤਾਰ ਧਾਰਨ ਕੀਤੇ ਵਿਸ਼ਨੂੰ ਮਹਾਰਾਜ ਦੇ 24 ਅਵਤਾਰ ਮੱਛ ਅਵਤਾਰ ਕਛ ਅਵਤਾਰ ਬ੍ਰਾਹ ਅਵਤਾਰ 24 ਅਵਤਾਰਾਂ ਦੀ ਗੱਲ ਆਉਂਦੀ ਹੈ ਦਸ਼ਮ ਪਾਦਸ਼ਾ ਦਸ਼ਮ ਗ੍ਰੰਥ ਵਿੱਚ ਲਿਖੀ ਹੈ ਕਹਿੰਦੇ ਨੇ ਫਿਰ ਸ਼ੂਰ ਦੇ ਘਰ ਵਿੱਚ ਮਾ ਨੇ ਬ੍ਰਾਹ ਅਵਤਾਰ ਧਾਰਿਆ ਮੱਛੀ ਦੇ ਘਰ ਵਿੱਚ ਮੱਛਾਂ ਅਵਤਾਰ ਧਾਰਨ ਕੀਤਾ ਇਸ ਤਿੱਕੇ ਦੇ ਨਾਲ ਕਹਿੰਦੇ ਉਹਨਾਂ ਵਿੱਚ ਕਿਹੜੀ ਉੱਚੀ ਜਾਤ ਜਾਂ ਉਹਨਾਂ ਵਿੱਚ ਕਿਹੜੀ ਕੋਈ ਚੰਗੇ ਗੁਣ ਸਨ ਕਮਠੀ ਆਦਿਕ ਬਿਮਤ ਕੋ ਜਾਤੀ ਜੇ ਦੀ ਕੋਈ ਜਾਤ ਹੈ ਕੱਛੂ ਹੁਣ ਕਛੁਣੀ ਦੇ ਘਰ ਵਿੱਚ ਕਮੁੱਠੀ ਦੇ ਘਰ ਦੇ ਵਿੱਚ ਕਛ ਅਵਤਾਰ ਧਾਰਨ ਕੀਤਾ ਜਦੋਂ ਸਮੁੰਦਰ ਡੇਟਣ ਲੱਗੇ ਸੀ ਸੋ ਦੇਵਤੇ ਦੈਨਤ ਹਲ ਕਰਕੇ ਤੇ ਉਸ ਵੇਲੇ ਜਦੋਂ ਮਧਰਾਚਲ ਪਰਬਤ ਕੰਦੇ ਵਿੱਚ ਰੱਖਿਆ ਤੇ ਉਹ ਧਰਤੀ ਵਿੱਚ ਖੁੰਬਦਾ ਸੀ ਉਸ ਵੇਲੇ ਕਛੂ ਬਣ ਕੇ ਭਗਵਾਨ ਨੇ ਅਵਤਾਰ ਧਾਰਿਆ ਕਛੁਣੀ ਦੇ ਘਰ ਤੇ ਫਿਰ ਥੱਲੇ ਨਹੀਂ ਬਣ ਕਰਕੇ ਥੱਲੇ ਟਿਕਿਆ ਤਾਂ ਉਹ ਜਿਹੜਾ ਸੀ ਸੋ ਪਰਬਤ ਜਿਹੜਾ ਸੀ ਉਹ ਉਹਨੂੰ ਮਾਇਆ ਮਧਾਣੀ ਵਾਂਗੂ ਤਾਂ ਸਮੁੰਦਰ ਡੜਕਿਆ 14 ਰਤਨ ਕੱਡੇ ਸਨ ਤੇ ਕਹਿੰਦੇ ਹੁਣ ਕਮਠੀ ਜਣੀ ਕਛਣੀ ਹੈ ਉਹਦੇ ਘਰ ਦੇ ਵਿੱਚ ਜਾ ਕਰਕੇ ਹੁਣ ਉਹ ਵਿਚਾਰੀ ਦੀ ਨਾਮ ਕੋਈ ਮਤ ਤੇ ਨਾ ਕੋਈ ਜਾਤ ਸੀ ਤੇ ਮਾਲਕ ਜੀ ਤੋ ਸਾਡੇ ਵਿੱਚ ਜੇ ਨਹੀਂ ਗੁਣ ਜਾਂ ਉੱਚੀ ਜਾਤ ਜਾਂ ਚੰਗੇ ਗੁਣ ਨਹੀਂ ਹਨ ਤਾਂ ਮਹਾਰਾਜ ਤੁਸੀਂ ਤਾਂ ਇਉਂ ਥੋੜੇ ਗੁਣਾ ਤੇ ਖੁਸ਼ ਹੋ ਕੇ ਅਵਤਾਰ ਧਾਰਨ ਕੀਤੇ ਸਾਡੇ ਘਰ ਵੀ ਅਵਤਾਰ ਧਾਰੋ ਤਿੰਨ ਕੇ ਜਨਮ ਲੀਨ ਜਗ ਖਿਆਤੀ ਸੰਸਾਰ ਵਿੱਚ ਪ੍ਰਗਟ ਹੈ ਮਹਾਰਾਜ ਉਹਨਾਂ ਦੇ ਵਿੱਚ ਜਾ ਕੇ ਤੁਸਾਂ ਨੇ ਸੋ ਅਵਤਾਰ ਧਾਰ ਕਰਨ ਕੀਤੇ ਹਨ ਪ੍ਰੇਮ ਡੋਰ ਸੌ ਕਰਹਿ ਅਕਰਣੀ یوں ਆਪਣੀ ਪ੍ਰੇਮ ਰੂਪੀ ਡੋਰ ਦੇ ਨਾਲ ਮਾਲਕ ਵਾਹਿਗੁਰੂ ਪ੍ਰੇਮ ਡੋਰ ਦੇ ਵੱਜੇ ਹੋਏ ਕਹਿੰਦੇ ਨਾਂ ਕਰਨ ਵਾਲੇ ਕੰਮ ਵੀ ਵਾਹਿਗੁਰੂ ਤੁਸੀਂ ਕਰ ਲੈਂਦੇ ਹੋ ਕੀਰਤ ਬਿਮਲ ਬੇਦ ਇਮ ਵਰਨੀ ਤੋਂ ਗਿਆਨ ਦੇ ਧਰਮ ਗ੍ਰੰਥਾਂ ਦੇ ਵਿੱਚ ਉਜਲ ਕੀਰਤੀ ਪਰਮੇਸ਼ਵਰ ਦੀ ਇਉਂ ਹੀ ਵਰਣਨ ਕੀਤੀ ਹੋਈ ਹੈ ਅਦਿੱਤੀ ਕਸ ਅਪਕੇ ਜਿਮ ਧੰਮ ਜਿਸ ਤਰ੍ਹਾਂ ਕਛਪੋ ਅਤੇ ਅਦਿੱਤੀ ਜੀ ਦੇ ਘਰ ਵਿੱਚ ਉਪਜਤ ਭਈ ਉਪੇਂਦਰ ਨਾਮ ਉਪੇਂਦਰ ਜਿਵੇਂ 52 ਅਵਤਾਰ ਧਾਰਨ ਕੀਤਾ ਸੀ 52 ਉਂਗਲਾਂ ਬੌਣਾ ਅਵਤਾਰ ਧਾਰਨ ਆਸੀ ਮਹਾਰਾਜ ਤੁਸੀਂ ਕੱਚ ਬ੍ਰਿਸ਼ੀ ਦੇ ਘਰ ਵਿੱਚ ਅਸ ਆਸਾ ਧਾਰ ਅਸਰ ਬਿਨਾਸੀ ਇਉਂ ਕਹਿੰਦੇ ਨੇ ਆਸਾ ਧਾਰਨ ਕੀਤੀ ਮਨ ਵਿੱਚ ਕਿਹੇ ਅਸ਼ਰ ਬਿਨਾਸੀ ਦੈਂਤਾਂ ਦਾ ਵਿਨਾਸ਼ ਕਰਨ ਵਾਲੇ ਵਾਹਿਗੁਰੂ ਕਿਰਪਾ ਸਾਡੇ ਤੇ ਕਰੋ ਭਾਇਓ ਨਿਰੰਤਰ ਰੂਪ ਉਪਾਸੀ ਮਹਾਰਾਜ ਤੁਸੀਂ ਇੱਕ ਰਸ ਇਹੋ ਜਿਹਾ ਰੂਪ ਆਪਣਾ ਧਾਰਨ ਕੀਤਾ ਜਦੋਂ ਕਾਲੂ ਨਾਮ ਜਨਮ ਜਪ ਧਾਰਾ ਜਦੋਂ ਮਹਤਾ ਕਾਲੂ ਜੀ ਮਹਤਾ ਕਲਿਆਣ ਚੰਦ ਜੀ ਨਾਮ ਧਾਰਨ ਕੀਤਾ ਜਨਮ ਧਾਰ ਕੇ ਪੂਰਨ ਆਸਾ ਕੀਨ ਮੁਰਾਰਾ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਨੇ ਇਸ ਪ੍ਰਕਾਰ ਜਿਹੜੀ ਸੀ ਉਹਨਾਂ ਦੇ ਮਨ ਦੀ ਆਸਾ ਪੂਰਨ ਕੀਤੀ ਤਾਂ ਮੇਲੇ ਸ਼ੰਚਾ ਪੇਤਾ ਧੰ ਅਕਾਲ ਪੁਰਖ ਰੂਪ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ ਐਹੋ ਜਿਹਾ ਜਿਸ ਵੇਲੇ ਯੁੱਗ ਗਰਦੀ ਦਾ ਸਮਾ ਵਰਤਨ ਰਿਹਾ ਸੀ ਤਾਂ ਧਰਤੀ ਦੀ ਪੁਕਾਰ ਨੂੰ ਸੁਣ ਕੇ ਮਾਲਕ ਵਾਹਿਗੁਰੂ ਨੇ ਆਪਣਾ ਧੀਰਜ ਦਿੱਤਾ ਤੇ ਫਿਰ ਮਹਾਰਾਜ ਨੇ ਕਿਰਪਾ ਕਰਕੇ ਬਾਹਰ ਦੇਸ਼ ਦੇ ਇਲਾਕੇ ਵਿੱਚ ਰਾਹੇ ਪਹੁੰਚੀ ਤਲਵੰਡੀ ਸ਼ਿਵਰਾਮ ਜੀ ਦਾਦਾ ਬਣੇ ਇਸ ਪ੍ਰਕਾਰ ਤੇ ਕਾਲੂ ਜੀ ਦੇ ਘਰ ਸੁਪੁੱਤਰ ਬਣ ਕੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਅਵਤਾਰ ਜੋ ਧਾਰਨ ਕੀਤਾ ਹੈ ਤੋਂ ਕਵੀ ਜੀ ਉਹਦਾ ਬੜੇ ਸੁੰਦਰ ਢੰਗ ਦੇ ਨਾਲ ਬਿਆਨ ਕਰ ਰਹੇ ਨੇ ਤੇ ਸਤਿਗੁਰੂ ਜੀ ਬਖਸ਼ਿਸ਼ ਕਰਨ ਰਹਿਮਤ ਕਰਨ ਐਸੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਪਿਆਰ ਸਾਡੇ ਮਨਾਂ ਵਿੱਚ ਉਬਜ ਪਵੇ ਗੁਰੂ ਚਰਨਾਂ ਨਾਲ ਜੁੜ ਕਰਕੇ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕਾ ਪਰਮਿਆਪੇ ਮਿਹਰ ਦੀ ਵਰਤਾਂ ਦੇ ਪਾਤਰ ਬਣੀਏ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਦੇਖੋ ਸੱਜਣ ਅਸੀਂ ਸਣੀਆਂ ਜੋ ਹੋਵੇ ਸੈਬ ਸੋ ਮਿਲਦੀ ਦਾਤ ਪ੍ਰਾਪਤ ਹੋਵੇ ਅਸ ਆਸਾ ਧਰ ਅਸਰ ਬਿਨਾਸੀ ਭਇਓ ਨਿਰੰਤਰ ਰੂਪ ਉਪਾਸੀ ਕਾਲੂ ਨਾਮ ਜਨਮ ਜਬ ਧਾਰਾ ਪੂਰਨ ਆਸਾ ਕੀਨ ਮੁਰਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ